ਤੁਹਾਨੂੰ ਡਰਾਉਂਦਾ ਆਇਆ ਕਿ ਕਹਿੰਦਾ ਮੈਂ ਡਰਾਉਣ ਧਮਕੀ ਕਿਹੋ ਜਿਹੀ ਦਿੰਦਾ ਉਹੀ ਮੈਂ ਗੱਲ ਕਰ ਰਿਹਾ ਜਦੋਂ ਅਸੀਂ ਗਏ ਜਾਂ ਸਾਨੂੰ ਜਾਂ ਪੈਸੇ ਦੇ ਦਿਓ ਜਾਂ ਸਾਡਾ ਵੀਜ਼ਾ ਦੇ ਦਿਓ ਤੇ ਅਗਲੇ ਬੰਨੇ ਇੱਕ ਸਰ ਬੈਠਾ ਸਾਨੂੰ ਡੀਲ ਕਰ ਰਿਹਾ ਸੀ ਹਨਾ ਇਹ ਸਾਈਡ ਤੇ ਬੈਠ ਕੇ ਤੇ ਬਾਹਾਂ ਟੰਗ ਰਿਹਾ ਸੀਗਾ ਸਾਨੂੰ ਡਰਾ ਰਿਹਾ ਧਮਕਾ ਰਿਹਾ ਉਹ ਆਫਿਸ ਦੇ ਅੰਦਰ ਬੈਠ ਕੇ ਆਪਾਂ ਵੀਡੀਓ ਬਣਾਈ ਪਰ ਇਹਨਾਂ ਦੀ ਨਹੀਂ ਬਣਾਈ ਆਪਣੀ ਦੋਵਾਂ ਦੀ ਬਣਾਈ ਆਪਾਂ ਕਿ ਸਾਡੇ ਨਾਲ ਫਰੋਡ ਹੋਣ ਲੱਗਾ ਹਨਾ ਤੇ ਉਸ ਤੋਂ ਬਾਅਦ ਇਹਨੇ ਡਰਾਇਆ ਧਮਕਾ ਰਿਹਾ ਐਨੀਵੇ ਹੁਣ ਤੁਹਾਨੂੰ ਕਹਿੰਦੇ ਕੀ ਆ ਉਹ ਹੁਣ ਬਾਅਦ ਚੋਂ ਅਸੀਂ ਜਦੋਂ ਕਹਿੰਦੇ ਵੀ ਕੋਈ ਨੀ ਤੁਹਾਨੂੰ ਪੈਸੇ ਵਾਪਸ ਕਰ ਦਿੰਦੇ ਹਾਂ ਤੇ ਫਿਰ ਅਸੀਂ ਆਹ 10 ਦਿਨ ਪਹਿਲਾਂ ਉਹਨਾਂ ਨੂੰ ਕਾਲ ਕਰਿਆ ਕਿ ਸਾਡੇ ਪੈਸੇ ਦੇ ਦਿਓ ਤੇ ਕਹਿੰਦਾ ਤੁਹਾਨੂੰ 1 ਰੁਪਈਆ ਨੀ ਜੇ ਮਿਲਣਾ ਜਿੱਥੇ ਮਰਜ਼ੀ ਜ਼ੋਰ ਲਾ ਲਓ ਉਹਨੇ ਬਾਅਦ ਚ ਐਂਡ ਤੇ ਸਾਨੂੰ ਗਾਲ ਕੱਢੀ ਇੰਨੀ ਗੱਡੀ ਗਾਲ ਕੱਢੀ ਤੇ ਆਉਣ ਨੂੰ ਬੜਾ ਲੋਕਾਂ ਕੋਲ ਪੈਸਾ ਹੈ ਪਰ ਇਹ ਹੇਰਾ ਫੇਰੀ ਦੇ ਨਾਲ ਲੋਕੀ ਜਿਹੜੇ ਅਮੀਰ ਹੋਈ ਜਾਂਦੇ ਨੇ ਤਾਂ ਗਰੀਬ ਜਿਹੜੇ ਗਰੀਬ ਹੋਈ ਜਾਂਦੇ ਨੇ ਤਾਂ ਲੋਕ ਜਿਹੜੇ ਨੇ ਸੂਸਾਈਡ ਕਰੀ ਜਾਂਦੇ ਨੇ ਕਿ ਕਸੂਰਵਾਰ ਜਿਹੜੀਆਂ ਉਹ ਸਰਕਾਰਾਂ ਘੱਟ ਹੈ ਤਾਂ ਆਮ ਜਨਤਾ ਜ਼ਿਆਦੀ ਹੈ ਇਹਦੇ ਵਿੱਚ ਪੜ੍ਹੇ ਲਿਖੇ ਲੋਕ ਵੀ ਇਸ ਲਪੇਟ ਵਿੱਚ ਆਏ ਮੈਂ ਦੇਖਿਆ ਆਪਣੀ ਜ਼ਿੰਦਗੀ ਆਓ ਸਾਨੂੰ ਤੁਸੀਂ ਕਾਲ ਕਰੋ ਇਹਦਾ ਹੱਲ ਕੀ ਹੈ ਰੋਕਾ ਕਿਵੇਂ ਜਾ ਸਕਦਾ जवाब दो टेलीकास्ट ब्रॉडकास्ट की आगे लेनी चाहेंगे प्लीज से जस रितु तुसी लाइन ते हो हां जी सर पूरा नाम की बेटा थोड़ा रितु ही है मेरा नेम पूरा नहीं नहीं फुल नेम थोड़ा पासपोर्ट का नाम की है सर रितु ही मेंशन है ओके ओनली वन सिंगल नेम रितु कौर कुमारी कुछ नहीं है सर सिंगल नेम रितु सर रितु सिंह रितु कौर रितु कुछ नहीं हो मैं इनका हस्बैंड है सिमरनजीत सिंह आई अंडरस्टैंड आई एम टॉकिंग टू हर नॉट टू यू मैं गल उन्होंने कर रहा वो जवाब देंगे जो मैं क्या थोड़े गल करांगा तुसी उस पे जवाब दोगे ओके सर सिमरजीत ਤੁਸੀਂ ਪੰਜਾਬੀ ਸਮਝਦੇ ਹੋ ਪੰਜਾਬੀ ਜਿਵੇਂ ਗੱਲ ਕਰ ਕਿੰਨਾ ਪੜ੍ਹੇ ਤੁਸੀਂ ਸਰ ਮੈਂ ਪਲੱਸ 2 ਪੜ੍ਹਿਆ ਓਕੇ ਰਿਤੂ ਕਿੰਜੀ ਕਿੰਨਾ ਪੜ੍ਹੇ ਨੇ ਸਰ ਮੈਂ ਗ੍ਰੈਜੂਏਟ ਹਾਂ ਤੁਹਾਡੀ ਲਵ ਮੈਰਿਜ ਹੈ ਅਰੇਂਜ ਮੈਰਿਜ ਹੈ ਸਰ ਲਵ ਮੈਰਿਜ ਹੈ ਮੈਂ ਹਰਿਆਣਾ ਤੋਂ ਹਾਂ ਤੇ ਵਿਆਹ ਹੀ ਮੈਂ ਪੰਜਾਬ 'ਚ ਗਈ ਹਾਂ ਤੁਸੀਂ ਹਰਿਆਣਾ ਤੋਂ ਹਾਂ ਤੇ ਮੁੰਡਾ ਹੈ ਕਿੱਥੋਂ ਆ ਆਪਣੇ ਸਮਝ ਕਿੱਥੋਂ ਕਿਹੜਾ ਪਿੰਡ ਤੁਹਾਡਾ ਨਹੀਂ ਗੁਰਦਾਸਪੁਰ ਬਟਾਲੇ ਲੱਗੋ ਕਿਹੜਾ ਪਿੰਡ ਹੈ डाले चक पेंदे शादी हो गया शादी आए सी ਸਰ ਇਸ ਟਾਈਮ ਤੇ ਕਰੋਨਾ ਪੀਰੀਅਡ ਚੱਲ ਰਿਹਾ ਸੀ ਤੇ ਸਰ ਮੇ ਬੀ 200 ਪਰਸਨ 200 ਲਗਭਗ ਸੀ ਹਾਂਜੀ ਸਰ ਜੋ ਤੁਸੀਂ ਕਹੋਗੇ ਸੱਚ ਤੋਂ ਸਵਾਲ ਕੁਛ ਨਹੀਂ ਕਹੋਗੇ ਨੋ ਸਰ ਡੈਫੀਨਿਟਲੀ ਮੈਂ ਸੱਚ ਬੋਲਾਂਗਾ ਸਰ ਓਕੇ ਸੋ ਤੁਸੀਂ ਆਈਲਟ ਨਹੀਂ ਕੀਤੀ ਫਿਰ ਬਾਹਰ ਆਉਣ ਲਈ ਸਰ ਮੈਂ ਆਈਲਟ ਕੀਤੀ ਸੀ ਐਕਚੁਅਲੀ ਸਰ ਮੇਰਾ ਓਵਰਆਲ 5.5 ਸੀ ਤੋ ਸਰ ਮੈਂ ਪੂਰੀ ਬਾਤ ਦੱਸਾਂ ਤੁਹਾਨੂੰ ਗੱਲ ਦੱਸਾਂ ਤੇ ਸਰ ਮੇਰੇ 5.5 ਓਵਰਆਲ ਸੀ ਤੇ ਸਰ ਮੈਂ ਅਗੇਨ ਮੈਂ ਸੋਚਿਆ ਕਿ ਆਈਐਸ ਕਰਾਂ ਤੇ ਸਰ ਇੱਕ ਨਾ ਆਪਾਂ ਨੇ ਐਡਵਰਟਾਈਜ਼ਿੰਗ ਦੇਖੀ ਉਡਾਨ ਇਮੀਗ੍ਰੇਸ਼ਨ ਦੀ ਤੇ ਉਹਨਾਂ ਨੇ ਕਿਹਾ ਕਿ ਸਾਰੇ ਪੈਸੇ ਆਫਟਰ ਵੀਜ਼ਾ ਤੇ ਕਿਹਦੇ 5.5 ਬੈਂਡ ਤੇ ਵੀ ਕਹਿੰਦੇ ਲੱਗ ਜਾਂਦੀ ਆ
ਫਾਈਲ ਤੇ ਆਪਾਂ ਸਰ ਯੂਕੇ ਲਈ ਅਪਲਾਈ ਕਰਨ ਚੱਲ ਗਏ ਹਨਾ 5.5 ਤੇ ਤੇ ਉਹ ਕਹਿੰਦੇ ਮੈਂ ਸਰ ਯੂਕੇ ਦੀ ਆਪਾਂ ਲਾਉਣੀ ਆ ਤੇ ਫਿਰ ਤੁਸੀਂ ਯੂਕੇ ਬਾਰੇ ਦੱਸੋ ਕਹਿੰਦੇ ਨਹੀਂ ਮੈਮ ਕਹਿੰਦੇ ਕੈਨੇਡਾ ਦੀ ਲੱਗ ਜਾਂਦੀ ਹੈ ਨੋਨ ਐਸਟੀਐਸ ਵਿੱਚ ਤੇ ਸਰ ਆਪਾਂ ਨੇ ਕਿਹਾ ਕਿ ਨਹੀਂ ਆਪਾਂ ਨੇ ਯੂਕੇ ਦੀ ਲਗਾਉਣੀ ਹੈ ਕਹਿੰਦੇ ਨਹੀਂ ਕਹਿੰਦੇ ਆਪਾਂ ਸਾਰੇ ਪੈਸੇ ਆਫਟਰ ਵੀਜ਼ਾ ਲਵਾਂਗੇ ਤੇ ਕਹਿੰਦੇ ਉੱਦਾਂ ਕਹਿੰਦੇ ਤੁਸੀਂ ਉਹਦੀ ਕੈਨੇਡਾ ਦੀ ਲਓ ਕਹਿੰਦੇ ਆ ਦੇਖੋ ਕਿੰਨੇ ਸਾਰੇ ਰਿਜ਼ਲਟ ਆਏ ਆ ਵੀਜ਼ੇ ਆ ਰਹੇ ਆ ਕਹਿੰਦੇ ਆਪ ਉਹਦੀ ਕਰੋ ਤੇ ਫਿਰ ਆਪਾਂ ਸਰ ਉਹਨਾਂ ਦੀ ਆਪਾਂ ਨੇ ਐਗਰੀ ਕਰ ਲਿਆ ਤੇ ਆਪਾਂ ਘਰੇ ਫੋਨ ਕੀਤਾ ਆਪਣੇ ਘਰਦਿਆਂ ਨੂੰ ਸਲਾਹ ਲੈਣ ਲਈ ਸਰ ਤੇ ਘਰਦੇ ਕਹਿੰਦੇ ਕਹਿੰਦੇ ਚਲੋ ਕੋਈ ਗੱਲ ਨੀ ਜੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਤੇ ਤੁਸੀਂ ਹਨਾ ਐਗਰੀ ਕਰ ਦੋ ਤੇ ਫਿਰ ਉਹਨਾਂ ਨੇ ਇੱਕ ਫਿਰ ਕੀ ਕੀਤਾ ਇੱਕ ਟੈਂਪਲੇਟ ਉਹਨਾਂ ਨੇ ਸਰ ਬਣਾਇਆ ਹੋਇਆ ਜੇ ਤੇ ਸਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ ਸਾਰੇ ਪੈਸੇ ਆਫਟਰ ਵੀਜ਼ਾ ਲੈਣਗੇ ਕਹਿੰਦੇ ਜੇ ਇਨ ਫਿਊਚਰ ਕੋਈ ਰਿਫਿਊਜ਼ ਆ ਜਾਂਦਾ ਆ ਤੇ ਕਹਿੰਦੇ ਤੇ ਫਿਰ ਉਡਾਨ ਇਮੀਗ੍ਰੇਸ਼ਨ ਉਹਦੀ ਮਤਲਬ ਉਹਨੂੰ ਸਾਰੇ ਪੈਸੇ ਵਾਪਸ ਕਰ ਦੇਣਗੇ ਤੇ ਸਰ ਇੱਕ ਗੱਲ ਹੋਈ ਕਿ ਆਪਾਂ ਸਰ ਸਾਈਨ ਕਰਤੇ ਉਹਨਾਂ ਨੇ ਪਹਿਲਾਂ ਆਪਾਂ ਕਚਹਿਰੀ ਲੱਗੇ ਸਰ ਠੀਕ ਹੈ ਉੱਥੇ ਸਰ ਸਾਡੀ ਫੋਟੋਜ਼ ਹੋਈ ਸਾਈਨ ਕਰਾਏ ਉਹਨਾਂ ਨੇ ਤੇ ਸਰ ਆਪਾਂ ਘਰ ਆ ਗਏ ਸਰ 2-3 ਦਿਨ ਬਾਅਦ ਉਹਨਾਂ ਨੇ ਸਾਨੂੰ ਦੁਬਾਰਾ ਫੋਨ ਕੀਤਾ ਇਹ ਸਾਡਾ ਨਾ ਆਫਰ ਲੈਟਰ ਆ ਗਿਆ ਸਰ ਦੋ ਦਿਨ ਚ ਆਫਰ ਲੈਟਰ ਕਿਵੇਂ ਆ ਗਿਆ ₹1,56,000 ਕੋਰੀਅਰ ਕਰ ਦੋ ਤੇ ਫਿਰ ਆਪਾਂ ਕੋਰੀਅਰ ਕਰਤਾ ਆਪਣਾ ਮਤਲਬ ਬੈਂਕ ਕਾਪੀ ਔਰ ਸਰ ਸਭ ਕੁਛ ਆਪਾਂ ਉਹਨਾਂ ਨੂੰ ਕੋਰੀਅਰ ਕਰਤਾ ਸਾਰਾ ਕੁਛ ਕਰਨਾ ਆ ਤੁਸੀਂ ਆਪਣਾ ਜਿਹੜਾ ਅਕਾਊਂਟ ਆ ਓਕੇ ਫਾਈਨ ਤੁਸੀਂ 1,60,000 1,60,000 ਦਿੱਤਾ ਕਿਹੜੇ ਸਾਲ ਦੇ ਵਿੱਚ ਸਰ ਹੁਣੀ ਸਰ 9 ਅਗਸਤ ਦੀ ਲਾਂਚ ਹੋਈ ਸਰ ਹਾਂ ਸਾਡੀ ਫਾਈਲ ਤੇ ਸਰ ਫਿਰ ਉਹਨਾਂ ਨੇ ਕਿਹਾ ਮੈਂ ਸਰ ਬਾਇਓਮੈਟ੍ਰਿਕ ਵਗੈਰਾ ਨਹੀਂ ਕੈਨੇਡਾ ਆਉਣ ਦੀ ਖਾਤਰ ਕੀਤਾ ਕੈਨੇਡਾ ਆਉਣ ਦੀ ਖਾਤਰ ਤੁਸੀਂ ਅਪਲਾਈ ਕੀਤਾ ਸਰ ਤੁਸੀਂ ਕੈਨੇਡਾ ਦੇ ਵਾਸਤੇ ਅਪਲਾਈ ਕੀਤਾ ਸੀਗਾ ਜਾਂ ਹੋਰ ਕਿਸ ਕੰਟਰੀ ਵਾਸਤੇ ਸਰ ਆਪਾਂ ਕੈਨੇਡਾ ਯੂਕੇ ਲਈ ਕੀਤਾ ਨਹੀਂ ਪਰ ਉਹ ਕਹਿੰਦੇ ਕੈਨੇਡਾ ਦੀ ਕਰ ਲਓ ਤੇ ਸਰ ਆਪਾਂ ਨੇ ਕਰਤਾ ਤੇ ਸਰ ਕਹਿੰਦੇ 25 ਦਸੰਬਰ ਤੁਹਾਡੀ ਬਾਇਓਮੈਟ੍ਰਿਕ ਆ ਜਾਊਗੀ ਤੇ ਆਪਾਂ ਸਰ ਆਪਾਂ ਨੇ 9 ਅਗਸਤ ਤੋਂ ਲੈ ਕੇ 25 ਦਸੰਬਰ ਤੱਕ ਸਰ ਵੇਟ ਕੀਤਾ ਤੇ ਕਹਿੰਦੇ 25 ਦਸੰਬਰ ਨੂੰ ਕਹਿੰਦੇ ਓਕੇ ਓਕੇ ਫਾਈਨ ਹੋਲਡ ਅਮਰ ਸਕਦੇ ਮੇਰਾ ਕੁਐਸਚਨ ਇਹ ਹੈ ਕਿ ਉਹਨਾਂ ਨੇ ਤੁਹਾਨੂੰ ਕੈਨੇਡਾ ਭੇਜਣਾ ਸੀਗਾ ਹਾਂਜੀ ਸਰ ਓਕੇ ਕੈਨੇਡਾ ਭੇਜਣਾ ਸੀਗਾ ਸੋ ਐਜ਼ ਅ ਸਟੂਡੈਂਟ ਤੌਰ ਤੇ ਸਰ ਹਾਂਜੀ ਸਟੂਡੈਂਟ ਤੌਰ ਤੇ ਤੇ ਤੁਹਾਡਾ ਟੋਟਲ ਕਿੰਨੇ ਪੈਸੇ ਲਏ ਉਹਨਾਂ ਨੇ ਹੁਣ ਤੱਕ ਜਵਾਬ ਦੇਣਗੇ ਉਡਾਨ ਇਮੀਗ੍ਰੇਸ਼ਨ ਹਾਂਜੀ ਹਾਂਜੀ ਸਰ ਸਪੈਲਿੰਗ ਕੀ ਹੈ UDAN ਉਡਾਨ ਜਿਹੜੀ ਆ ਉੱਡ ਗਈ ਆ ਹੁਣ ਫੇਰ ਇਹ ਹੁਣ ਇੱਥੇ ਹੈਗੀ ਉੱਥੇ ਫਰਮ ਇਹ ਹਾਂਜੀ ਸਰ ਹੈਗੀ ਆ ਸਰ ਕੌਣ ਆਪਰੇਟ ਕੌਣ ਕਰਦਾ ਹੈ ਮਾਲਕ ਕੌਣ ਹੈ ਉਹ ਸਰ ਉਹਨਾਂ ਨੇ ਐਗਜ਼ੈਕਟਲੀ ਨੇਮ ਵੀ ਦੱਸਿਆ ਉਹਨਾਂ ਦਾ ਇੱਕ ਗਰੁੱਪ ਹੀ ਆ ਸਰ ਸਰ ਉਹਨਾਂ ਦਾ ਕੋਈ ਓਨਰ ਨਹੀਂ ਆਪਾਂ ਨੇ ਉਹਨਾਂ ਨੂੰ ਪੋਸਟ ਵੀ ਕੀਤਾ ਤੁਸੀਂ ਓਨਰ ਦਾ ਨੇਮ ਦੱਸੋ ਤੇ ਉਹਨਾਂ ਦਾ ਕੋਈ ਓਨਰ ਨਹੀਂ ਤੇ ਸਰ ਜਦੋਂ ਹਾਰ ਕੇ ਆਪਾਂ ਵੀਡੀਓ ਪਾਈ ਨਾ ਤੇ ਸਰ ਤੁਸੀਂ ਯਕੀਨ ਨਹੀਂ ਮੰਨੋਗੇ 25 ਹੋਰ ਸਟੂਡੈਂਟ ਆ ਸਰ ਜਿਨ੍ਹਾਂ ਦੇ ਪੈਸੇ ਉੱਥੇ ਫਸੇ ਆ ਤੇ ਸਰ ਉਹ ਪੈਸੇ ਨਹੀਂ ਦਿੰਦੇ ਕਿ ਇਹਦੇ 1,60,000 ਰੁਪਏ ਤੁਸੀਂ ਕਿਹਨ ਦਿੱਤਾ ਸੀ ਤੁਸੀਂ ਬੈਂਕ ਚ ਕਿਹੜੀ ਚ ਪਾਇਆ ਆਪਣੇ ਅਕਾਊਂਟ ਚ ਪਾਇਆ ਸੀਗਾ ਸਰ ਉਹਨਾਂ ਨੇ ਚਲਾਕੀ ਨਾਲ ਕੰਮ ਲਿੱਤਾ ਸਾਡੇ ਆਪਣੇ ਅਕਾਊਂਟ ਚ ਆਪਾਂ ਨੇ ਪਾਇਆ ਕਹਿੰਦੇ ਤੁਸੀਂ ਨਾ ਪਵਾ ਕੇ ਸਾਨੂੰ ਸੈਂਡ ਕਰ ਦਿਓ ਕਹਿੰਦੇ 1,60,000 ਰੁਪਈਆ ਤੁਸੀਂ ਆਪਣੀ ਬੈਂਕ ਚ ਪਾਇਆ ਨਾ ਹਾਂਜੀ ਸਰ ਤੁਹਾਡੀ ਬੈਂਕ ਚ ਆ ਉਹ ਨਹੀਂ ਸਰ ਉਹਨਾਂ ਨੇ ਮੰਗਾ ਹਾਂ ਤੁਹਾਡੇ ਬੈਂਕ ਚ ਆ ਪਰ ਉਹਨਾਂ ਨੇ ਕਢਾ ਲਏ ਸਰ ਏਟੀਐਮ ਮੰਗਾ ਕੇ ਨਾ ਸਰ ਉਹਨਾਂ ਨੇ ਕਢਾ ਲਿਆ ਸਰ ਸਾਰਾ ਉਹ ਕਿਵੇਂ ਕਢਾ ਲਿਆ ਉਹਨਾਂ ਨੇ ਏਟੀਐਮ ਬਣਾ ਲਈ ਸਰ ਉਹਨਾਂ ਨੇ ਏਟੀਐਮ ਮੰਗਾਇਆ ਸੀ ਨਾ ਸਰ ਜੋ ਕਹਿੰਦੇ ਆਪਣੇ ਏਟੀਐਮ ਤੇ ਫੋਟੋ ਬੈਂਕ ਬੁੱਕ ਤੇ ਕਹਿੰਦੇ ਸੈਂਡ ਕਰ ਦਿਓ ਤੇ ਸਰ ਜਦੋਂ ਉਹਨਾਂ ਨੇ ਕਢਾਇਆ ਨਾ ਸਰ ਸਾਡੇ ਕੋਲ ਮੈਸੇਜ ਵੀ ਪਏ ਆ ਸਰ ਏਟੀਐਮ ਕਿਉਂ ਦਿੱਤਾ ਤੁਸੀਂ ਉਹਨਾਂ ਨੂੰ ਨੰਬਰ ਕਿਉਂ ਦਿੱਤਾ ਏਟੀਐਮ ਦਾ ਸਰ ਉਹ ਕਹਿੰਦੇ ਜੀਐਸਟੀ ਅਕਾਊਂਟ ਲਈ ਚਾਹੀਦਾ ਆ ਹੁਣ ਤੁਹਾਨੂੰ ਕੀ ਕਹਿੰਦੇ ਨੇ ਪੈਸੇ ਦੇਣ ਨੂੰ
ਸਰ ਆਪਾਂ ਨੇ ਫੋਨ ਕੀਤਾ ਤੇ ਕਹਿੰਦੇ ਤੁਹਾਡਾ ਤਾਂ ਰਿਫਿਊਜ਼ਲ ਆ ਗਿਆ। ਮੈਂ ਕਿਹਾ ਸਰ ਬਿਨਾਂ ਬਾਇਓਮੈਟ੍ਰਿਕ ਬਿਨਾਂ ਮੈਡੀਕਲ ਤੋਂ ਰਿਫਿਊਜ਼ਲ ਕਿੱਦਾਂ ਆ ਜਾਂਦਾ? ਕਹਿੰਦੇ ਤੁਹਾਡੇ ਪੈਸੇ ਨਹੀਂ ਮਿਲਣੇ, ਕਹਿੰਦੇ ਕਰ ਲਓ ਜੋ ਕੁਛ ਕਰਨਾ, ਕਹਿੰਦੇ ਤੇ ਸਾਨੂੰ ਸਰ ਜਿਹੜਾ ਰਿਫਿਊਜ਼ਲ ਆਇਆ ਲੈਟਰ ਦਾ ਰਿਫਿਊਜ਼ਲ ਲੈਟਰ ਹੈਗਾ ਉਹ ਸਰ? ਹਾਂਜੀ ਹੈਗਾ, ਬਟ ਉਹਨਾਂ ਹੀ ਕੋਲ ਹੈਗਾ ਸਰ। ਨਹੀਂ ਮੈਂ ਪੁੱਛਿਆ ਤੁਹਾਡੇ ਕੋਲ ਹੈਗਾ? ਨਹੀਂ ਸਰ ਅਜੇ ਸਾਡੇ ਕੋਲ ਨਹੀਂ ਹੈਗਾ, ਉਹਨਾਂ ਨੇ ਦਿੱਤਾ ਸੀ ਸਰ ਸਾਨੂੰ। ਤੁਸੀਂ ਕਿਤੇ ਕਹਿ ਸਕਦੇ ਆ ਕਿ ਤੁਹਾਡੇ ਕੋਲ ਹੈਗਾ? ਉਹ ਕੁਛ ਵੀ ਕਹਿ ਸਕਦੇ ਆ ਸਾਡੇ ਕੋਲ ਉਹਨਾਂ ਕੁਛ ਨਹੀਂ ਉਹਨਾਂ ਕੋਲ। ਅੱਛਾ ਇਹ ਤੁਹਾਨੂੰ ਵੀ ਨਹੀਂ ਪਤਾ ਕਿ ਮਾਲਕ ਕੌਣ ਆ? ਇਹ ਦਫ਼ਤਰ ਖੁੱਲਦਾ ਹੁਣ ਇੱਥੇ? ਹਾਂਜੀ ਸਰ ਖੁੱਲਦਾ, ਤੇ ਉਹ ਨੰਬਰ ਕੀ ਆ? ਫੋਨ ਕੌਣ ਚੁੱਕਦਾ ਉੱਥੇ ਮੋਰੇ? ਕੀ ਨਾਮ ਹੈ? ਸਿਮਰਜੀ ਉਹਦਾ ਹਰਮੀ। ਸਿਮਰਜੀ ਜਦ ਤੁਸੀਂ ਫੋਨ ਕਰਦੇ ਹੋ ਫੋਨ ਕੌਣ ਅਟੈਂਡ ਕਰਦਾ ਹੈ? ਫੋਨ ਸਰ ਜੀ ਇੱਕ ਉੱਥੋਂ ਦਾ ਏਜੰਟੀ ਆ, ਤੇ ਉਹ ਮੁੰਡਾ ਵਾ ਜਿਹਨੇ ਸਾਨੂੰ ਧਮਕਾਇਆ ਸੀ, ਉਹੀ ਮੁੰਡਾ ਸਾਰਾ ਉਹਨਾਂ ਦਾ ਕੰਡ ਆ, ਬਦਮਾਸ਼ ਆ। ਅਸੀਂ ਜਦੋਂ ਪਿਛਲੇ ਵਾਰੀ ਉਹਨਾਂ ਕੋਲ ਗਏ ਸੀ, ਨਾ ਕੀ ਉਹਦਾ ਨਾ ਕੀ ਉਹਦਾ ਉਹਦਾ ਨਾਂ ਹਰਪਾਲ ਜੀ। ਕਿੰਨੀ ਉਮਰ ਉਹਦੀ? ਉਮਰ ਉਹਦੀ ਹੋਣੀ ਜੇ 30 ਸਾਲ ਦੀ, 31 ਸਾਲ ਦੀ ਲਗਭਗ। ਤੁਹਾਡੇ ਕੋਲ ਫੋਟੋ ਹੈਗੀ ਆ? ਨਹੀਂ ਫੋਟੋ ਫਾਟੋ ਉਹਨਾਂ ਦੀ ਕੋਈ ਨੀ ਜੀ ਹੈਗੀ। ਤੁਸੀਂ ਪਛਾਣ ਸਕਦੇ ਹੋ ਕਿ ਆਹ ਬੰਦਾ ਜਿਹੜਾ ਥ੍ਰੈਟ ਕਰ ਤੁਹਾਨੂੰ, ਤੁਸੀਂ ਪੁਲਿਸ ਨੂੰ? ਬਿਲਕੁਲ ਬਿਲਕੁਲ। ਕਿੱਦਾਂ ਦਾ ਹੈ? ਪੱਗ ਬੰਨਦਾ ਹੈ, ਮੋਨਾ ਹੈ, ਕੋਨਾ, ਕਿਹੋ ਜਿਹਾ ਹੈ? ਮੋਨਾ ਹੈ, ਸਾਂਵਲੇ ਜਿਹੇ ਰੰਗ ਦਾ, ਥੋੜਾ ਜਿਹਾ ਭਾਰਾ ਵਾ ਤੇ ਸਰੀਰ ਤੋਂ ਨਾਰਮਲ ਜਿਹਾ, ਮਤਲਬ ਬੋਡੀ ਜੀ ਠੀਕ ਠਾਕ। ਕਲੀਨ ਸ਼ੇਪ ਹੈ? ਨਹੀਂ ਨਹੀਂ, ਥੋੜੀ ਜਿਹੀ ਦਾੜੀ ਰੱਖੀ ਹਲਕੀ ਹਲਕੀ। ਤੁਹਾਨੂੰ ਡਰਾਉਂਦਾ ਹੈ? ਕੀ ਕਹਿੰਦਾ? ਮੈਂ ਡਰਾਉਣ ਧਮਕੀ ਕਿਹੋ ਜਿਹੀ ਦਿੰਦਾ? ਉਹੀ ਮੈਂ ਗੱਲ ਕਰ ਰਿਹਾ, ਜਦੋਂ ਅਸੀਂ ਗਏ ਜਾਂ ਸਾਨੂੰ ਜਾਂ ਪੈਸੇ ਦੇ ਦੋ ਜਾਂ ਸਾਡਾ ਵੀਜ਼ਾ ਦੇ ਦੋ, ਤੇ ਅਗਲੇ ਬੰਨੇ ਇੱਕ ਸਰ ਬੈਠਾ ਸਾਨੂੰ ਡੀਲ ਕਰ ਰਿਹਾ ਸੀ, ਹਨਾ, ਇਹ ਸਾਈਡ ਤੇ ਬੈਠ ਕੇ ਤੇ ਬਾਹਾਂ ਟੰਗ ਰਿਹਾ ਸੀਗਾ, ਸਾਨੂੰ ਡਰਾ ਰਿਹਾ, ਧਮਕਾ ਰਿਹਾ। ਉਹ ਆਫਿਸ ਦੇ ਅੰਦਰ ਬੈਠ ਕੇ ਆਪਾਂ ਵੀਡੀਓ ਬਣਾਈ, ਪਰ ਇਹਨਾਂ ਦੀ ਨੀ ਬਣਾਈ, ਆਪਣੀ ਦੋਵਾਂ ਦੀ ਬਣਾਈ ਆਪਾਂ, ਵੀ ਸਾਡੇ ਨਾਲ ਫਰੋਡ ਹੋਣ ਲੱਗਾ, ਹਨਾ। ਤੇ ਉਸ ਤੋਂ ਬਾਅਦ ਇਹਨੇ ਡਰਾਇਆ ਧਮਕਾਇਆ। ਐਨੀਵੇ ਹੁਣ ਤੁਹਾਨੂੰ ਕਹਿੰਦੇ ਕੀ ਆ ਉਹ? ਹੁਣ ਬਾਅਦ ਚੋਂ ਅਸੀਂ ਜਦੋਂ ਕਹਿੰਦੇ ਵੀ ਕੋਈ ਨੀ ਤੁਹਾਨੂੰ ਪੈਸੇ ਵਾਪਸ ਕਰ ਦਿੰਦੇ ਹਾਂ, ਤੇ ਫਿਰ ਅਸੀਂ ਆਹ 10 ਦਿਨ ਪਹਿਲਾਂ ਉਹਨਾਂ ਨੂੰ ਕਾਲ ਕਰਿਆ ਵੀ ਸਾਡੇ ਪੈਸੇ ਦੇ ਦਿਓ, ਤੇ ਕਹਿੰਦਾ ਤੁਹਾਨੂੰ 1 ਰੁਪਈਆ ਨੀ ਜੇ ਮਿਲਣਾ, ਜਿੱਥੇ ਮਰਜ਼ੀ ਜ਼ੋਰ ਲਾ ਲਓ। ਉਹਨੇ ਬਾਅਦ ਚ ਐਂਡ ਤੇ ਸਾਨੂੰ ਗਾਲ ਕੱਢੀ, ਇੰਨੀ ਗੰਦੀ ਗਾਲ ਕੱਢੀ ਸਾਨੂੰ। ਸਾਡਾ ਸਾਡੇ ਸੋਸ਼ਲ ਮੀਡੀਆ ਤੇ ਅਕਾਊਂਟ ਸੀਗਾ, ਟਿਕਟੋਕ ਤੇ ਸਾਡੀ ਭੈਣ ਬਾਹਰੋਂ ਚਲਾਉਂਦੀ ਆ, ਤੇ ਹਾਂਜੀ ਪੁਲਿਸ ਕੋਲ ਗਏ ਅੱਜ ਤੋਂ 15 ਤਰੀਕ ਨੂੰ ਗਏ ਪੁਲਿਸ ਕੋਲ, ਤੇ ਉਹ ਕਹਿੰਦੇ ਅਜੇ ਚੋਣਾਂ ਹੋ ਲੈਣ ਦੋ, ਏਦਾਂ ਵਾ ਓਦਾਂ ਵਾ। ਤੁਸੀਂ ਨਹੀਂ, SSP ਕੋਲ ਨੀ ਪਹੁੰਚੇ, ਅਸੀਂ ਥਾਣੇ ਗਏ ਸੀਗੇ। ਤੁਸੀਂ SSP ਕੋਲ ਜਾਣਾ, ਔਰ ਤੁਸੀਂ ਕੱਲ ਨੂੰ ਚੱਲ ਜਾਓ, ਪਰਸੋਂ ਚੱਲ ਜਾਓ SSP ਸਾਹਿਬ ਕੋਲ, ਠੀਕ ਹੈ? ਮੈਂ ਟਾਈਮ ਲੈ ਕੇ ਦਊਂਗਾ, ਤੁਸੀਂ ਉਹਨਾਂ ਕੋਲ ਜਾਣਾ, ਠੀਕ ਹੈ? ਅੱਛਾ ਬਟਾਲੇ? ਬਟਾਲੇ ਨਹੀਂ, ਜਿੱਥੇ ਆਹ ਹੈਗੇ ਆ ਫਰੋਡ ਕਰਨ ਵਾਲੇ, ਪਟਿਆਲੇ। ਪਟਿਆਲੇ ਨਾ ਉਡਾਣ ਵਾਲੇ? ਹਾਂਜੀ ਪਟਿਆਲੇ ਜਾਣਾ ਤੁਸੀਂ, ਠੀਕ ਹੈ ਸਰ? ਹਾਂ ਪਟਿਆਲੇ ਜਾਣਾ, ਕਿ ਇਹਨਾਂ ਬੰਦਿਆਂ ਤੁਹਾਡੇ ਨਾਲ ਫਰੋਡ ਕੀਤਾ ਹੈ। ਤੁਹਾਡੇ ਕੋਲ ਉਹਨਾਂ ਦੀ ਫੋਟੋ ਹੈ ਕੋਈ? ਇੱਦਾਂ ਇਹ ਜਿਹੜਾ ਇਮੀਗ੍ਰੇਸ਼ਨ ਵਾਲੇ ਉਡਾਣ, ਇਹਨਾਂ ਨੇ ਕੋਈ ਲੋਗੋ ਹੈਗਾ ਤੁਹਾਡੇ ਕੋਲ? ਧਮਕੀ ਦੇ ਤੀ, ਕਹਿੰਦਾ ਤੇਰੇ ਤੇ ਪੁਲਿਸ ਕਾਰਵਾਈ ਹੋਊਗੀ, ਉਲਟਾ ਮੈਨੂੰ ਕਹਿ ਰਿਹਾ ਸੀਗਾ, ਕਹਿੰਦਾ ਏਦਾਂ ਮੈਂ ਓਦਾਂ, ਉਹਨੂੰ ਕੋਈ ਗਾਲ ਗੂਲ ਤਾਂ ਨੀ ਕੱਢੀ ਗਾ ਸੁਣਿਆ ਤੁਹਾਡੇ ਪਾਸ ਪ੍ਰੂਫ ਜਿਹੜੇ ਤੁਹਾਨੂੰ ਪਹਿਲਾਂ ਪੈਸੇ ਦਿੱਤੇ ਆ, ਕੋਈ ਐਸਾ ਪ੍ਰੂਫ ਹੈ ਜਿਹੜਾ ਕਿਸੇ ਕੰਪਨੀ ਨਾਲ ਚੈੱਕ ਲਿਆ ਹੋਵੇ ਤੁਹਾਡੇ ਕੋਲੋਂ? ਕਿੱਦਾਂ ਮਤਲਬ? ਜਿਹੜੇ ਪੈਸੇ ਕਢਾਏ ਇਹਨਾਂ ਨੇ ATM ਰਾਹੀਂ, ਸੋ ਇੱਕ ਪ੍ਰੂਫ ਹੈਗਾ ਕਿ ਇਹਨਾਂ ਨੇ ਕਢਾਏ ਆ ਨਾ? ਕਿਹੜੀ ਬੈਂਕ ਚੋਂ ਕਢਾਏ ਆ? ਹਾਂਜੀ ਉੱਥੋਂ ਦਾ ਜਿਹੜਾ ATM ਆ ਉਹ ਬੋਲਦਾ ਵਾ ਆਪਣਾ, ਸਾਡੇ ਕੋਲ ਮੈਸੇਜ ਪਿਆ ਵਾ ਇਹਨਾਂ ਦੇ, ਅਰਬਨ ਸਟੇਟ ਦਾ ATM ਆ ਕੋਈ, ਉੱਥੋਂ ਕਢਾਏ ਆ ਪੈਸੇ ਇਹਨਾਂ। ਹਾਂਜੀ ਚਲੋ, ਉਹ ਤਾਂ ਪਤਾ ਲੱਗ ਜੂ ਕਿਉਂਕਿ ਕੈਮਰੇ ਵਗੈਰਾ ਲੱਗਾ ਹੁੰਦਾ। ਆਈ ਥਿੰਕ ਦੇ ਸ਼ੁੱਡ ਹੈਵ ਰਿਕਾਰਡ, ਕਿਉਂਕਿ ਇਹ ਬੰਦੇ ਕੀ ਨੇ ਰਿਕਾਰਡ ਪੈਸੇ ਕਢਾਏ ਆ। ਇਸ ਵਿਲ ਬੀ ਇੰਟਰਵਿਊ। ਹਾਂਜੀ ਹਾਂਜੀ, ਨੋ ਐਨ ਇਸ਼ੂ। ਸੋ ਅਸੀਂ ਨੰਬਰ ਉਹਨਾਂ ਦਾ ਜਿਹੜਾ ਤੁਸੀਂ ਡਾਇਲ ਕਰਦੇ ਨੰਬਰ ਦੱਸਣ ਸਰ, ਨੰਬਰ ਡਾਇਲ ਕਰੋ ਉਹ। ਅਸੀਂ ਕਮਰਸ਼ੀਅਲ ਬ੍ਰੇਕ ਲੈ ਰਹੇ 1 ਮਿੰਟ ਲਈ, ਔਰ ਲਾਈਨ ਹੋਲਡ ਰੱਖੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਡਾਨ ਇਮੀਗ੍ਰੇਸ਼ਨ ਵਾਲੇ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਸਕੀਏ। ਲਾਈਨ ਹੋਲਡ ਰੱਖੋ। ਇਹ ਉਡਾਨ ਇਮੀਗ੍ਰੇਸ਼ਨ ਕੰਸਲਟੈਂਟ ਵਾਲੇ ਨੇ। ਅੱਛਾ ਬੰਦ ਕਰਦੇ ਫੋਨ,
अर्बन स्टेट फेस टू दे अंदर बाबा फूला सिंह जी दा गुरदुआरा ओदे नाल ही खब्बे हाथे इन्हां दा दफ्तर जी ₹2,00,000 ₹2,50,000 ₹2,50,000 ਲੋਕੀ ਤਰਲੇ ਲੈਣ ਦੇ ਕਹਿੰਦੇ ਸਾਡੇ ਵੀ ਤੁਸੀਂ ਨਾ ਆਪਣੀ ਫੇਸਬੁੱਕ ਤੇ ਯੂਟਿਊਬ ਤੇ ਜਾ ਕੇ ਜੋ ਵੀ ਤੁਹਾਡੇ ਕੋਲ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਜਾ ਕੇ ਉਹ ਅਸੀਂ ਕੈਨੇਡਾ ਦੇ ਵਿੱਚ ਬਾਸੀ ਸ਼ੋਅ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਲੋਕ ਵਿਕਟਮ ਨੇ ਸਾਨੂੰ ਕਾਲ ਕਰੋ ਇਕੱਠੇ ਹੋ ਕੇ ਅਸੀਂ ਕੰਪਲੀਟ ਕਰਨੀ ਆ ਤਾਂ ਕਿ ਬਾਸੀ ਸ਼ੋਅ ਵਾਲੇ ਨੇ ਵਾਅਦਾ ਕੀਤਾ ਕਿ ਸਾਨੂੰ ਪੈਸੇ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕਾਨੂੰਨ ਦੇ ਮੁਤਾਬਕ ਸਾਡੀ ਟੀਮ ਤੁਹਾਨੂੰ ਪੈਸੇ ਦਿਵਾਉਣ ਦੀ ਕੋਸ਼ਿਸ਼ ਕਰੂਗੀ ਤੇ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਜਿਹੜੇ ਪੁਲਿਸ ਅਫਸਰ ਤੁਸੀਂ ਸ਼ਿਕਾਇਤ ਕੀਤੀ ਆ ਉਹ ਸ਼ਿਕਾਇਤ ਰਹਿਣ ਦਿਓ ਬਟ ਤੁਸੀਂ SSP ਸਾਹਿਬ ਕੋਲ ਜਾਣਾ ਹੁਣ ਦੋ ਦਿਨਾਂ ਬਾਅਦ ਤੁਸੀਂ ਕੋਸ਼ਿਸ਼ ਕਰੋ ਕਿ ਜਿੰਨੇ ਬੰਦੇ ਵੱਧ ਤੋਂ ਵੱਧ ਇਕੱਠੇ ਕਰ ਸਕਦੇ ਜਿਹੜੇ ਵਿਕਟਮ ਨੇ ਯਾਨੀ ਕਿ ਜਿਹੜੇ ਤੁਹਾਡੇ ਵਾਂਗੂ ਲੁੱਟੇ ਹੋਏ ਨੇ 4-5-10 ਜਿੰਨੇ ਤੁਸੀਂ ਇਕੱਠੇ ਹੋ ਸਕਦੇ ਹੋ ਇਕੱਠੇ ਹੋ ਕੇ ਜਾਓ ਤੇ ਇੱਕ ਤੁਸੀਂ ਮੀਡੀਆ ਕਾਨਫਰੰਸ ਕਰੋ ਮੀਡੀਆ ਕੋਈ ਵਿਕਿਆ ਨਹੀਂ ਗਾ ਇਹ ਪ੍ਰੋਬਲਮ ਤੁਹਾਡੀ ਤੁਸੀਂ ਐਲੀਗੇਸ਼ਨ ਲਾਉਂਦੇ ਹੋ ਜੇ ਮੁੜ ਕੇ ਕਿਹਾ ਮੀਡੀਆ ਵਿਕਿਆ ਹੋਇਆ ਤੇ ਮੈਂ ਸਰਵਿਸ ਨਹੀਂ ਦੇਵਾਂਗਾ ਤੁਹਾਨੂੰ ਪਲੀਜ਼ ਪੈਸੇ ਤੁਸੀਂ ਗਵਾਏ ਆ ਐਲਗੇ ਦੂਜੇ ਤੇ ਲਾ ਰਹੇ ਹੋ ਹਰ ਚੀਜ਼ ਨਹੀਂ ਹਰ ਬਾਜ਼ਾਰ ਦੇ ਵਿੱਚ ਹਰ ਚੀਜ਼ ਨਹੀਂ ਵਿਕਦੀ ਬਾਜ਼ਾਰ ਵਿੱਚ ਹਰ ਦੁਕਾਨ ਤੇ ਪਈਆਂ ਚੀਜ਼ਾਂ ਵੀ ਨਹੀਂ ਵਿਕਦੀਆਂ ਤੇ ਹਰ ਵਿਅਕਤੀ ਵੀ ਨਹੀਂ ਵਿਕ ਸਕਦਾ ਸਰ ਐਕਚੁਅਲੀ ਇੱਕ ਕੁੜੀ ਦਾ ਫੋਨ ਆਇਆ ਸਰ ਇਹਨਾਂ ਸਾਨੂੰ ਯੂਕੇ ਤੋਂ ਕਹਿੰਦੇ ਮੈਂ ਵੀ ਫਾਈਲ ਲੜਾਈ ਸੀ ਤੇ ਸਰ ਇਹਨਾਂ ਨੇ ਨਾ ਕਹਿੰਦੇ ਮੇਰੇ ਨਾਲ ਵੀ ਏਦਾਂ ਹੀ ਕੀਤਾ ਕਹਿੰਦੇ ਮੈਂ ਪੁਲਿਸ ਕੋਲ ਗਈ ਤੇ ਕਹਿੰਦੇ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਜਦੋਂ ਮੈਂ ਨਾ ਇਮੀਗ੍ਰੇਸ਼ਨ ਬਾਹਰ ਵਾਲਾ ਪਾਇਆ ਨਾ ਸਰ ਆ ਕੇ ਤੇ ਕਹਿੰਦੇ ਫੇਰ ਕਹਿੰਦੇ ਪੁਲਿਸ ਮੈਨੂੰ ਲੈ ਗਈ ਤੇ ਪੁਲਿਸ ਕਹਿੰਦੇ ਵੀ ਤੁਹਾਡੇ ਪੈਸੇ ਵਾਪਸ ਹੋ ਜਾਣੇ ਤੁਸੀਂ ਰੋਲਾ ਨਾ ਪਾਓ ਕਹਿੰਦੇ ਫਿਰ ਮੇਰੇ ਇਕੱਲੇ ਦੇ ਪੈਸੇ ਵਾਪਸ ਹੋ ਗਏ ਕਹਿੰਦੇ ਫਿਰ ਜਿਹੜੇ ਐਨੀਵੇ ਡੋਨਟ ਟੈਲ ਮੀ ਦੈਟ ਕੀ ਹੋਇਆ ਸਾਨੂੰ ਪਤਾ ਕੀ ਕਰਨਾ ਕੀ ਨਹੀਂ ਕਰਨਾ ਡੋਨਟ ਗਿਵ ਮੀ ਡਾਇਰੈਕਸ਼ਨ ਓਕੇ ਸਰ ਤੁਸੀਂ ਆਪਣੇ ਪੈਸੇ ਲੈ ਨਹੀਂ ਸਕਦੇ ਦੂਜੇ ਡਾਇਰੈਕਸ਼ਨ ਦੇ ਰਹੇ ਹੋ ਪਲੀਜ਼ ਤੁਸੀਂ ਜੰਮੇ ਨਹੀਂ ਹੋਣੇ ਜਿਆਦਾ ਮੈਂ ਬ੍ਰੌਡਕਾਸਟਿੰਗ ਵਿੱਚ ਹੈ ਮੈਨੂੰ ਪਤਾ ਮੈਂ ਕੀ ਕਰਨਾ ਕੀ ਕਰਨਾ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਲੋਕਾਂ ਨੇ ਤੁਹਾਨੂੰ ਫੋਨ ਆਏ ਆ ਉਹ ਨੰਬਰ ਤੁਹਾਡੇ ਕੋਲ ਹੈਗੇ ਆ ਉਹਨਾਂ ਨੂੰ ਤੁਸੀਂ ਮੀਟਿੰਗ ਕਾਲ ਕਰਕੇ ਇੱਕ ਪ੍ਰੈਸ ਕਾਨਫਰੰਸ ਕਰੋ ਜੇ ਨਹੀਂ ਕਰਨੀ ਤਾਂ ਪੁਲਿਸ ਸਟੇਸ਼ਨ ਮੈਂ ਤੁਹਾਨੂੰ ਟਾਈਮ ਲੈ ਦਿੰਦਾ ਤੁਸੀਂ ਜਾਓ ਉੱਥੇ ਸਾਰੇ ਇਕੱਠੇ ਹੋਵੋ 10-12 ਕਿੰਨੇ ਕੁ ਲੋਕਾਂ ਨੇ ਕਾਲ ਆਇਆ ਤੁਹਾਨੂੰ ਜਿਹਨਾਂ ਨੇ ਪੈਸੇ ਮਾਰੇ ਆ ਦੋ ਦੇ ਚੌਂ ਦੇ ਪੰਜਾਂ ਛੇਆਂ ਦੇ ਕਿੰਨੇ ਦੇ ਆਏ ਆ ਡਾਕੂਮੈਂਟ ਲੈ ਕੇ SSP ਸਾਹਿਬ ਦਫ਼ਤਰ ਪਹੁੰਚੋ ਮੈਂ ਤੁਹਾਨੂੰ ਟਾਈਮ ਲੈ ਕੇ ਦੇਵਾਂਗਾ ਉਹਨਾਂ ਨੂੰ ਸੱਤ ਸੱਤ ਦੱਸਣਾ ਪੁਲਿਸ ਡਿਪਾਰਟਮੈਂਟ ਨੂੰ ਕਿ ਸਰ ਤੋਂ ਪੈਸੇ ਇੰਨੇ ਲਏ ਆ ਤੇ ਏਦਾਂ ਲਏ ਆ ਹਾਂ ਤੁਸੀਂ ਇਹਨਾਂ ਨੂੰ ਕੱਲ ਫੋਨ ਕੇ ਦੱਸੋ ਕਿ ਅਸੀਂ ਬਾਸੀ ਸ਼ੋਅ ਵਿੱਚ ਜਾ ਚੁੱਕੇ ਹਾਂ ਸਾਡੇ ਪੈਸੇ ਕੱਲ ਸ਼ਾਮ ਤੱਕ ਸਾਨੂੰ ਦੇ ਦੋ ਨਹੀਂ ਅਸੀਂ ਕੰਪਲੇਂਟ ਕਰਨੀ ਚਾਹੁੰਦੇ DGP ਸਾਹਿਬ ਨੂੰ ਤੇ SSP ਸਾਹਿਬ ਨੂੰ ਇਹ ਦੋ ਯਾਦ ਰੱਖਣਾ SSP ਸਾਹਿਬ ਸੀਨੀਅਰ ਸੁਪਰਡੈਂਟ ਪੁਲਿਸ ਤੇ ਪਲੱਸ DGP ਡਾਇਰੈਕਟਰ ਜਨਰਲ ਪੁਲਿਸ ਸਾਡੇ DGP ਸਾਹਿਬ ਜਿਹੜੇ ਨੇ ਬਬਰਾ ਸਾਹਿਬ ਠੀਕ ਹੈ ਨੇ BK ਬਬਰਾ ਜੀ ਸਮਝ ਗਏ ਨਾ ਤਾਂ ਉਸ ਤੋਂ ਬਾਅਦ ਤੁਹਾਨੂੰ ਪੈਸੇ ਮਿਲ ਜਾਣਗੇ ਘਬਰਾਉਣਾ ਨਹੀਂ ਕੋਈ ਵੀ ਪਰ ਤੁਸੀਂ ਕਾਨੂੰਨੀ ਕਾਰਵਾਈ ਦੇ ਮੁਤਾਬਕ ਹੀ ਆਪਣੇ ਪੈਸੇ ਵਸੂਲਣੇ ਆ ਕੋਈ ਰੌਲਾ ਕੋਈ ਥ੍ਰੈਟ ਐਸਾ ਵੈਸਾ ਕੰਮ ਨਹੀਂ ਕਰਨਾ ਕੋਈ ਤੁਸੀਂ ਅੱਜ ਫੇਸਬੁੱਕ ਤੇ ਜਾ ਕੇ ਆਪਣੇ ਕੀ ਨਾਮ ਤੇਰਾ ਬੇਟਾ ਤੁਹਾਨੂੰ ਸਿਮਰਨ ਹਾਂਜੀ ਸਰ ਹਾਂਜੀ ਹਾਂ ਤੁਸੀਂ ਦੋਨੇ ਜਣੇ ਮੀਆਂ ਬੀਬੀ ਫੇਸਬੁੱਕ ਤੇ ਜਾ ਕੇ ਕਹੋ ਕਿ ਅਸੀਂ ਬਾਸੀ ਸ਼ੋਅ ਦੇ ਨਾਲ ਜੁੜ ਚੁੱਕੇ ਹਾਂ ਅਸੀਂ ਇੰਟਰਵਿਊ ਕਰ ਚੁੱਕੇ ਹਾਂ ਜਿਹੜੇ ਹੋਰ ਕੋਈ ਵਿਕਟਿਮ ਨੇ ਅਡਾਨ ਦੇ ਉਹ ਸਾਡੇ ਨਾਲ ਤਾਲਮੇਲ ਕਰਨ ਤਾਂ ਕਿ ਅਸੀਂ ਕੰਪਲੇਂਟ ਕਰਨੀ ਹੈ ਇਕੱਠਿਆਂ ਹੋ ਕੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਮੈਂ ਤੁਹਾਨੂੰ ਵਾਅਦਾ ਕਰਦਾ ਵਾਅਦਾ ਮੈਂ ਇਹ ਕਰਦਾ ਕਿ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਹੋਵੇਗੀ ਅਤੇ ਤੁਹਾਡੇ ਪੈਸੇ ਕਾਨੂੰਨ ਦੇ ਮੁਤਾਬਕ ਤੁਹਾਨੂੰ ਅਸੀਂ ਲੈਣ ਦੇ ਵਿੱਚ ਮਦਦ ਕਰਾਂਗੇ ਅਸੀਂ ਧੱਕਾਸ਼ਾਹੀ ਨਹੀਂ ਕਰ ਸਕਦੇ ਅਸੀਂ ਕਾਨੂੰਨ ਦੇ ਮੁਤਾਬਕ ਮਦਦ ਕਰਾਂਗੇ ਔਰ ਕਿੰਨਾ ਕਿ ਫਰੋਡ ਇਨਵੋਲਵ ਆ ਔਰ ਤੁਸੀਂ ਜਾਣਦੇ ਹੋ ਕਿ ਇਹਦੇ ਵਿੱਚ ਤੁਸੀਂ ਖੁਦ ਵੀ ਜ਼ਿੰਮੇਵਾਰ ਹੋ ਬਿਲਕੁਲ ਸਰ ਜੀ ਇਹ ਤੇ ਹੈ ਹਾਂ ਤੁਹਾਡੀ ਵੀ ਗਲਤੀ ਆ ਤੁਹਾਡੇ ਲੋਕਾਂ ਦੀ ਬਹੁਤ ਵੱਡੀ ਗਲਤੀ ਜਿਹੜੀ ਤੁਸੀਂ ਚੁੱਕ ਕੇ ਫਟਾਫਟ ਪੈਸੇ ਦੇ ਦਿੰਦੇ ਹੋ ਤੁਸੀਂ ਕਿੰਨੇ ਪਾਗਲ ਦੇ ਬੱਚੇ ਹੋ ਕਿ ਤੁਸੀਂ ਆਪਣਾ ATM ਕਿਉਂ ਭੇਜੇ ਉਹਨਾਂ ਨੂੰ ਯੂ ਸ਼ੁਡ ਹੈਵ ਮੈਨਰਸ ਜੋ ਗ੍ਰੈਜੂਏਟ ਆ ਜਦੋਂ ਕਿਹਾ ਉਹਨਾਂ ਸਰ ਜੀ ਤੋਂ ਕਹਿ ਦਿੱਤਾ ਕਿ GIC ਕੌਣ ਤੁਹਾਡਾ ਬਣਾ ਦੱਸ ਦੇ ਮੈਟਰ ਉਹਨਾਂ ਕੀ ਕਹਿ ਦਿੱਤਾ ਤੁਹਾਨੂੰ ਇੰਨੀ ਅਕਲ ਨਹੀਂ ਗਈ 26 ਸਾਲ ਦੀ ਉਮਰ ਹੈ
ਤੁਸੀਂ ਕਿਸੇ ਬੱਚੇ ਨੂੰ ਜਨਮ ਦਿੱਤਾ? ਤੁਸੀਂ ਬੱਚਾ ਲਿਆ ਕਿ ਨਹੀਂ ਹਾਲੇ ਕੋਈ? ਤੁਸੀਂ ਬੇਬੀ ਲਿਆ ਕੋਈ? ਮੈਂ ਤੁਹਾਨੂੰ ਪੁੱਛਣਾ, ਬੋਲਦੇ ਕਿਉਂ ਨਹੀਂ ਹੋ? ਓਕੇ ਫਾਈਨ, ਤੁਹਾਡਾ ਵਿਆਹ ਰੀਅਲ ਹੈ? ਸਹੀ ਵਿਆਹ ਹੈ? ਔਰ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਤੁਹਾਡੇ ਪੈਸੇ ਮਿਹਨਤ ਕੀਤੇ ਹੋਏ ਤੁਹਾਨੂੰ ਮਿਲਣਗੇ। ਸਿਮਰਨ, ਤੂੰ ਸਮਝ ਗਿਆ ਮੈਂ ਕੀ ਕਹਿ ਰਿਹਾ ਆਪ ਜੀ ਨੂੰ? ਬਿਲਕੁਲ ਸਰ। ਹਾਂ, ਤੁਸੀਂ ਜੋ ਕਿਹਾ ਉਹ ਕੰਮ ਕਰਨਾ। ਹਾਂ, ਹੋਲਡ ਰੱਖੋ, ਮੈਂ ਕੁਛ ਟੈਲੀਫੋਨ ਕਾਲਸ ਲੈਣੇ ਚਾਹੁੰਦਾ ਹਾਂ। ਹੋ ਸਕਦਾ ਕੋਈ ਨਾ ਕੋਈ ਵਿਕਟਮ ਐਸਾ ਹੋਰ ਹੋਵੇ ਜਿਹੜਾ ਕਿ ਉਡਾਨ ਰਾਹੀਂ ਉਡਾਨ ਭਰੀ ਹੋਵੇ ਜਾਂ ਉਡਾਨ ਜਿਹੜੀ ਉਹ ਡੁੱਬ ਗਈ ਹੋਵੇ। ਸਰ ਸਾਹਿਬ ਕਮਰਸ਼ੀਅਲ ਉਸ ਤੋਂ ਬਾਅਦ ਵਾਪਸ ਆ ਰਹੇ ਹਾਂ। ਸਾਡੇ ਪਿਆਰੇ ਦਰਸ਼ਕੋ, ਕਿੰਨੇ ਕੁ ਲੋਕ ਲੱਖਾਂ ਹੀ ਮਾਵਾਂ ਦੇ ਪੁੱਤ ਜਿਹੜੇ ਲੁੱਟੇ ਗਏ ਨੇ ਤੇ ਲੁੱਟੇ ਹੁੰਦੇ ਜਾ ਰਹੇ ਨੇ, ਇਹਦਾ ਹੱਲ ਕੀ ਹੈ? ਜ਼ਿੰਮੇਵਾਰ ਕੌਣ ਹੈ? ਇਹਨੂੰ ਠੱਲ ਕਿਵੇਂ ਪਾਈ ਜਾ ਸਕਦੀ ਹੈ? ਕਿਵੇਂ ਰੋਕਿਆ ਜਾ ਸਕਦਾ? ਅਸੀਂ ਤੁਹਾਡੇ ਸੁਝਾਅ ਲੈਣੇ ਚਾਹਾਂਗੇ। ਸਾਨੂੰ ਵੀ ਤੁਸੀਂ ਗਾਈਡ ਕਰੋ ਤੇ ਜਿਹੜੇ ਵਿਕਟਮ ਨੇ ਉਹਨਾਂ ਨੂੰ ਵੀ ਤੁਸੀਂ ਗਾਈਡ ਕਰੋ। ਇਹ ਕਸੂਰ ਕਿਸਦਾ ਆ? ਮੇਰੇ ਮੁਤਾਬਕ ਕਸੂਰ ਜਿਹੜਾ ਆ, ਜਿਹੜੇ ਲੁੱਟ ਕੇ ਲੋਕ ਲਿਜਾਂਦੇ ਨੇ ਉਹਨਾਂ ਦਾ ਘੱਟ ਆ ਤੇ ਜਿਹੜੇ ਲੁੱਟ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਆ। ਕਿਉਂਕਿ ਇੱਕਦਮ ਇਹ ਪੈਸੇ ਫਟਾਫਟ ਉਹਨਾਂ ਦੇ ਅਕਾਊਂਟ ਵਿੱਚ ਪਾ ਦਿੰਦੇ ਨੇ। ਫਟਾਫਟ ਇਹ ਚਾਹੁੰਦੇ ਨੇ ਕਿ ਅਸੀਂ ਉਹ ਇਹਨਾਂ ਨੂੰ ਹਿਪਨੋਟਾਈਜ਼ ਇੱਦਾਂ ਕਰਦੇ ਨੇ ਕਿ ਤੁਸੀਂ ਜੀ ਸਮਾਨ ਪੈਕ ਕਰ ਲਓ, ਕੱਲ੍ਹ ਤੋਂ ਜਹਾਜ਼ ਚੜਾ ਲੈਣਾ। ਹਰ ਵਿਅਕਤੀ ਬਾਹਰਲੇ ਦੇਸ਼ ਆਉਣ ਨੂੰ ਤਿਆਰ ਆ, ਪਰ ਇਹ ਸੋਚਦੇ ਨਹੀਂ ਕਿ ਕਾਨੂੰਨ ਸਾਨੂੰ ਆਗਿਆ ਨਹੀਂ ਦਿੰਦਾ ਕਿ ਤੁਸੀਂ ਜਿਸ ਹਿਸਾਬ ਨਾਲ ਆ ਰਹੇ ਹੋ। ਇੱਥੇ ਗਲਤੀ ਕਿਹਦੀ ਆ? ਮੈਂ ਚਾਹੂੰਗਾ ਕਿ ਗਲਤੀ ਜਿਹੜੀ ਆ ਇਹ ਵਿਕਟਮ ਲੋਕਾਂ ਦੀ ਜ਼ਿਆਦਾ ਗਲਤੀ ਆ। ਜਿਹੜੇ ਲੁੱਟਣ ਵਾਲੇ ਲੋਕ ਆ ਉਹਨਾਂ ਤੋਂ ਕੋਈ ਨਾ ਕੋਈ ਆਈਡੀਆ ਕ੍ਰੀਏਟ ਕਰਨਾ ਹੀ ਹੈ, ਮੈਂ ਕਿਵੇਂ ਨਾ ਕਿਵੇਂ ਐਡਸ ਦੇਵਾਂ, ਕਮਰਸ਼ਲ ਦੇਵਾਂ। ਜੇ 5 ਬੈਂਡਰਾਂ ਤੁਸੀਂ ਕੈਨੇਡਾ ਜਾ ਸਕਦੇ ਹੋ, ਤੁਹਾਨੂੰ ਬੈਂਡ ਦੀ ਲੋੜ ਵੀ ਨਹੀਂ ਗੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਫਰੋਡ ਕਰਨ ਵਾਲੇ ਲੋਕ ਕਰਦੇ ਨੇ। ਤਾਂ ਅਸੀਂ ਬਚਾਉਣਾ ਇਹਨਾਂ ਨੂੰ ਕਿਵੇਂ ਆ? ਜ਼ਿੰਮੇਵਾਰ ਕੌਣ ਆ? ਮੈਨੀਫੈਸਟੋ ਵਿੱਚ ਕੋਈ ਸੀ ਜਿਹਨਾਂ ਪਾਰਟੀ ਇਲੈਕਸ਼ਨ ਲੜੀਆਂ ਕਿ ਅਸੀਂ ਆਹ ਕੁਛ ਬੱਚਿਆਂ ਨੂੰ ਬਚਾਵਾਂਗੇ? ਸਿਰਫ ਤੇ ਸਿਰਫ ਸਾਨੂੰ ਆਪੋ ਆਪਣੀ ਪਈ ਆ। ਸਾਡੀ ਪਾਰਟੀ ਦਾ, ਸਾਡੇ ਮਾਮੇ ਦਾ, ਤਾਏ ਚਾਚੇ ਦਾ ਮੁੰਡਾ ਜਿਹੜਾ MLA ਬਣ ਜਾਵੇ ਤਾਂ ਦੇਸ਼ ਨੂੰ ਭਾਵੇਂ ਲੁੱਟ ਕੇ ਕੋਈ ਲੈ ਜਾਵੇ। ਜਿੰਨਾ ਸਾਡਾ ਦੇਸ਼ ਮਹਾਨ ਹੈ, ਜਿੰਨੀ ਸਾਡੇ ਦੇਸ਼ ਨੇ ਤਰੱਕੀ ਕੀਤੀ ਆ, ਅਸੀਂ ਕੰਪੈਰੀਜ਼ਨ ਕਰੀਏ ਦੇਸ਼ ਸਾਡਾ ਭਾਰਤ ਦੇ ਆਲੇ ਦੁਆਲੇ ਜਿੰਨੇ ਵਿਦੇਸ਼ ਨੇ ਉਹਨਾਂ ਨਾਲੋਂ ਕਈ ਗੁਣੇ ਵਧੀਆ ਸਾਡਾ ਮੁਲਕ ਭਾਰਤ 'ਚ ਆ। ਪਰ ਪ੍ਰੋਬਲਮ ਕੀ ਆ? ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਬੜਾ ਲੋਕਾਂ ਕੋਲ ਪੈਸਾ ਆ, ਪਰ ਇਹ ਹੇਰਾ ਫੇਰੀ ਦੇ ਨਾਲ ਲੋਕ ਜਿਹੜੇ ਅਮੀਰ ਹੋ ਜਾਂਦੇ ਨੇ ਤਾਂ ਗਰੀਬ ਜਿਹੜੇ ਗਰੀਬ ਹੋ ਜਾਂਦੇ ਨੇ, ਤਾਂ ਲੋਕ ਜਿਹੜੇ ਨੇ ਸੂਸਾਈਡ ਕਰੀ ਜਾਂਦੇ ਨੇ ਕਿ ਕਸੂਰਵਾਦ ਜਿਹੜੀਆਂ ਉਹ ਸਰਕਾਰਾਂ ਘੱਟ ਹੈ ਤਾਂ ਆਮ ਜਨਤਾ ਜ਼ਿਆਦਾ ਹੈ। ਇਹਦੇ ਵਿੱਚ ਪੜ੍ਹੇ ਲਿਖੇ ਲੋਕ ਵੀ ਇਸੀ ਲਪੇਟ ਵਿੱਚ ਆਏ ਨੇ, ਮੈਂ ਦੇਖਿਆ ਆਪਣੀ ਜ਼ਿੰਦਗੀ ਵਿੱਚ। ਆਓ ਸਾਨੂੰ ਤੁਸੀਂ ਕਾਲ ਕਰੋ, ਇਹਦਾ ਹੱਲ ਕੀ ਹੈ, ਰੋਕਿਆ ਕਿਵੇਂ ਜਾ ਸਕਦਾ? ਇਕੱਲਾ ਜੋਗਿੰਦਰ ਵਾਸੀ ਨਹੀਂ ਇਕੱਲਾ ਰੋਕ ਸਕਦਾ। ਤੁਸੀਂ ਸਾਨੂੰ ਆਈਡੀਆ ਦਿਓ ਆਪਾਂ ਰੋਕੀਏ ਕਿਵੇਂ ਲੋਕਾਂ ਨੂੰ। ਜਿੰਨਾ ਚਿਰ ਇਹ ਕੰਸਲਟੈਂਟ ਜੇਲ੍ਹ 'ਚ ਨਹੀਂ ਜਾਂਦੇ, ਬੰਦ ਨਹੀਂ ਹੁੰਦੇ, ਉਹਨਾਂ 'ਚ ਇੱਕ ਇਹ ਸਾਰਾ ਡਰਾਮਾ ਹਟਣਾ ਨਹੀਂ ਗਾ, ਤੁਸੀਂ ਮੰਨ ਜਾਓ ਗੱਲ। ਨੰਬਰ 1 ਕਾਲਰ, ਕੀ ਨਾਂ ਤੁਹਾਡਾ? ਤੁਸੀਂ ਮੈਰਿਜ ਆਪਣੀ ਪਾਰਟੀ ਕਿੱਥੇ ਕੀਤੀ ਸੀ? ਆਪਣੀ ਸੈਂਪਲ ਘਰ ਚ ਜਾਂ ਕਿਸੇ ਹੋਟਲ ਚ? ਆਪਣੀ ਰੀਤੂ, ਤੁਸੀਂ ਸ਼ਾਦੀ ਕਿੱਥੇ ਕੀਤੀ ਤੁਸੀਂ ਆਪਣੀ? ਕਿਸੇ ਹੋਟਲ ਚ? ਰੀਤੂ, ਸਿਮਰਨ, ਮੇਰਾ ਸਵਾਲ ਦਾ ਜਵਾਬ ਦਿਓ। ਤੁਹਾਡੀ ਸ਼ਾਦੀ ਕਿੱਥੇ ਹੋਈ ਸੀ? ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ? ਹਾਂਜੀ ਸਰ। ਉਸ ਤੋਂ ਬਾਅਦ ਤੁਸੀਂ ਸ਼ਾਦੀ ਕਿੱਥੇ ਕੀਤੀ? ਆਪਣੀ ਪਾਰਟੀ ਵਗੈਰਾ ਕਿੱਥੇ ਕੀਤੀ? ਸਰ ਹਰਿਆਣੇ ਹੀ ਹੋਈ ਸੀ ਸਰ। ਤੁਹਾਡੇ ਮਾਂ ਬਾਪ ਆਪਣੇ ਗੁਰਦੁਆਰਾ ਸਾਹਿਬ ਆਏ ਸੀ ਲਾਵਾਂ ਵੇਲੇ? ਹਾਂਜੀ, ਹਰਿਆਣਾ ਸਰ ਗੁਰਦੁਆਰਾ ਸਾਹਿਬ ਹੈਗਾ ਸਰ, ਇਹ ਬਰਾਤ ਲੈ ਕੇ ਸਰ ਉੱਥੇ ਹੀ ਲਾਵਾਂ ਹੋਈਆਂ ਸਰ ਸਾਡੀ। ਪੱਲੇ ਦੀ ਰਸਮ ਤੁਹਾਡੇ ਮੰਮੀ ਡੈਡੀ ਨੇ ਕੀਤੀ ਸੀ?
हाँ जी मेरे सारे परिवार से सर मेरे रिलेटिव सी ते इना दे सारे रिलेटिव सी सर ते तुसी हुण आपस विच ही एड़ा पैसा 1.5 लाख रुपया है ए तो अपने पेके दे ले गई है जा सारे दा जेड़ा ए डूबिया पैसा सर मेरे सोरिया ने दित्ता सर सोरिया ने डूबे तुसी पैसा सिमरन तुहाडे डैडी बाहर रहिंदे ने देश केड़े देश विच रहिंदे ने नहीं सर जी किला ते पैली है बस ओ जमीन अपना सब्जियां दूजियां लांदे सब्जियां लांदे तुसी ओ बेच के इना पैसा ਕਿੱਥੋਂ ਪੈਸਾ ਇੰਨਾ ਬੇਟਾ ਇਕੱਠੇ ਹੋਊਗਾ ਕਿੱਥੋਂ ਦੇਵਾਂਗੇ ਪਰ ਤੁਹਾਨੂੰ ਵਾਅਦਾ ਕਰਦਾ ਤੁਹਾਨੂੰ ਪੈਸੇ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਜਿਹੜੇ ਸਾਡੇ ਲੋਕ ਨੇ ਟੋਰਾਂਟੋ ਕੈਨੇਡਾ ਦੇ ਉਹ ਵੀ ਸੁਣ ਸੁਣ ਕੇ ਥੱਕ ਗਏ ਨੇ ਇਹ ਸਟੋਰੀਆਂ ਨੂੰ ਉਹ ਵੀ ਸਾਨੂੰ ਰਿਸਪੌਂਸ ਨਹੀਂ ਦੇ ਰਹੇ ਬਹੁਤਾ ਮੈਂ ਆਪਣੀ ਭੈਣਾਂ ਨੂੰ ਭਰਾਵਾਂ ਨੂੰ ਇੱਕ ਬੇਨਤੀ ਕਰਾਂਗਾ ਤੁਸੀਂ ਮੈਨੂੰ ਕਾਲ ਜ਼ਰੂਰ ਕਰੋ 4-5 ਜਣੀਆਂ ਭੈਣਾਂ ਭਰਾ ਕਿ ਆਪਾਂ ਇਹਨੂੰ ਠੱਲ ਪਾ ਸਕੀਏ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ 'ਚ ਬੈਠੇ ਲੋਕ ਇਸ ਵੇਲੇ ਰਜਾਈਆਂ ਦਾ ਨਿੱਘ ਮਾਰ ਰਹੇ ਨੇ ਅਤੇ ਨਾਲੇ ਆਪਾਂ ਨੂੰ ਸੁਣ ਰਹੇ ਨੇ ਆਪਾਂ ਨੂੰ ਆਈਡੀਆ ਦਈਏ ਕਿ ਭਾਈ ਤੁਸੀਂ ਕੈਨੇਡਾ ਆਉਣਾ ਜਾਂ ਕਿਸੇ ਦੇਸ਼ ਵਿੱਚ ਜਾਣਾ ਪਰ ਦੇਸ਼ ਵਿਦੇਸ਼ ਵਿੱਚ ਜਾਣ ਤੋਂ ਪਹਿਲਾਂ ਸੋਚੋ ਕਿ ਪੈਸੇ ਜਿਹੜੇ ਆ ਇਹ ਸਾਡੇ ਡੁੱਬ ਨਾ ਜਾਣ ਔਰ ਤੁਸੀਂ ਐਗਰੀਮੈਂਟ ਕਰੋ ਤੁਸੀਂ ਲਿਖ ਲਿਖਾਈ ਇਸ ਹਿਸਾਬ ਨਾਲ ਕਰੋ ਕਿ ਪੈਸੇ ਜਿਹੜੇ ਆ ਬੈਂਕ ਰਾਹੀਂ ਟ੍ਰਾਂਜੈਕਸ਼ਨ ਕਰਾਓ ਔਰ ਚੈੱਕ ਦਿਓ ਚੈੱਕ ਰਾਹੀਂ ਪੈਸੇ ਲਾਓ ਉਹਨਾਂ ਦਾ ਪ੍ਰੋਪਰ ਰਸੀਦ ਲਾਓ ਤਾਂ ਕਿ ਲੋਕ ਜਿਹੜੇ ਨੇ ਤੁਹਾਡੇ ਕੋਲ ਰਸੀਦ ਹੋਊਗੀ ਇਸ ਤਰ੍ਹਾਂ ਦੇ ਪੈਸੇ ਦਵਾ ਸਕਦੇ ਹਾਂ ਕੋਈ ਸਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਪਰ ਪ੍ਰੂਫ ਇਹਨਾਂ ਲੋਕਾਂ ਕੋਲ ਹੈ ਨਹੀਂ ਗਾ ਇਹਨਾਂ ਨੂੰ ਲਾਲਚ ਇਹੋ ਜਿਹੇ ਦਿੰਦੇ ਆ ਇਹ ਫਟਾਫਟ ਲੋਕ ਕੀ ਕਰਦੇ ਆ ਕਿ ਇਸ ਤੋਂ ਚੱਲ ਜਾਣਾ ਕੈਨੇਡਾ ਇਹ ਤਾਂ ਗੁਆਂਢ ਨੂੰ ਵੀ ਨਹੀਂ ਦੱਸਦੇ ਆਪਣੇ ਰਿਸ਼ਤੇਦਾਰ ਵੀ ਨਹੀਂ ਦੱਸਦੇ ਪਤਾ ਨਹੀਂ ਲੱਗ ਜਾਵੇ ਇਹਨਾਂ ਨੂੰ ਜਦੋਂ ਰੋਕਣ ਲੱਗੇ ਹੁੰਦੇ ਆ ਸੋ ਇੰਨੀ ਜਲਦੀ ਵਿੱਚ ਕਾਹਲੀ ਵਿੱਚ ਲਏ ਫੈਸਲੇ ਹਮੇਸ਼ਾ ਹੀ ਬੰਦੇ ਨੂੰ ਇਨਸਾਨ ਨੂੰ ਡੋਬਦੇ ਆ ਸੋ ਇਹ ਬਾਹਰਲੇ ਦੇਸ਼ ਨੂੰ ਆਉਣ ਦੀ ਖਾਤਰ ਹਰ ਇੱਕ ਵਿਅਕਤੀ ਤਤਪਰ ਆ ਪਰ ਨਾਲ ਦੀ ਨਾਲ ਆਪਣੀ ਜ਼ਿੰਦਗੀ ਬਜ਼ੁਰਗਾਂ ਦੀ ਕੀਤੀ ਹੋਈ ਕਮਾਈ ਖੂਹ 'ਚ ਪਾ ਦਿੰਦੇ ਇਹ ਬੱਚੇ ਪਰ ਕਸੂਰ ਜਿਹੜਾ ਆ ਇਹ ਸਾਡਾ ਜਿਹੜਾ ਭਵਿੱਖ ਆ ਉਹ ਇੰਨਾ ਵਧੀਆ ਨਹੀਂ ਗਾ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਬੱਚਿਆਂ ਨਾਲ ਵੀ ਕੀ ਕਸੂਰ ਹੈ ਬੱਚੇ ਵੀ ਚਾਹੁੰਦੇ ਕਿ ਬਾਹਰ ਜਾਈਏ ਰੋਟੀ ਰੋਜ਼ੀ ਲਈ ਅਸੀਂ ਕਮਾਈ ਕਰੀਏ ਪਰ ਇਹ ਨਹੀਂ ਹੈ ਕਿ ਇਹ ਡੁੱਬ ਜਾਣੇ ਇਹ ਔਂਤਰੇ ਇਹ ਜਿਹੜੇ ਕੰਸਲਟੈਂਟ ਨੇ ਇਹ ਹੇਰਾਫੇਰੀ ਕਰਦੇ ਨੇ ਮੇਰੇ ਖਿਆਲ ਕਿ ਕੋਈ ਇੱਕ ਅੱਧਾ ਕੰਸਲਟੈਂਟ ਹੋਣਾ ਕੁਛ ਹੈ ਜਿਹੜਾ ਰੈਪੂਟੇਸ਼ਨ ਹੈ ਬਾਕੀ ਸਭ ਇਹ ਤੁਸੀਂ ਨਾ ਹੀ ਜਾਣਿਓ ਕਿ ਕਿਹੋ ਜਿਹੇ ਨੇ ਕਰਪਟ ਨੇ ਕਿੰਨੇ ਲੋਕ ਨੇ ਦਵਾਈਆਂ ਪਾਉਂਦੇ ਨੇ ਰੋਂਦੇ ਨੇ ਪਿੱਟਦੇ ਨੇ ਕਿ ਸਾਡੇ ਤੋਂ ਇੰਨੇ ਨੇ ਪੈਸੇ ਮਾਰੇ ਆ ਸੋ ਇਹਨਾਂ ਦਾ ਹੱਲ ਕੀ ਹੋ ਸਕਦਾ ਇਹ ਹੁਣ ਮੀਆਂ ਬੀਬੀ ਇਹਨਾਂ ਨੇ ਵਿਆਹ ਕਰਾਇਆ ਨਾ ਉੱਧਰ ਜੋਗੇ ਨਾ ਉੱਧਰ ਜੋਗੇ ਆ ਸਾਨੂੰ ਕਾਲ ਕਰੋ ਕਿ ਇਹਦਾ ਹੱਲ ਕੀ ਆ ਜ਼ਿੰਮੇਵਾਰ ਕੌਣ ਹੈ ਸਰਕਾਰ ਜ਼ਿੰਮੇਵਾਰ ਆ ਜਾਂ ਇਹ ਬੱਚੇ ਜ਼ਿੰਮੇਵਾਰ ਆ ਜਾਂ ਮਾਂ ਬਾਪ ਜ਼ਿੰਮੇਵਾਰ ਆ ਜਾਂ ਮੀਡੀਆ ਜ਼ਿੰਮੇਵਾਰ ਆ ਮੈਂ ਤਾਂ ਸਭ ਕੀ ਕਹਿਣਾ ਚਾਹੁੰਦੀ ਇਹਨਾਂ ਬੱਚਿਆਂ ਨੂੰ ਮੈਂ ਇਹਨਾਂ ਬੱਚਿਆਂ ਨੂੰ ਵੀ ਕਹਿਣਾ ਚਾਹੁੰਦਾ ਜੀ ਪਰ ਸਾਰਾ ਪੰਜਾਬ ਦੇ ਵਿੱਚ ਸਾਰਾ ਤਾਣਾ ਹੀ ਉਲਝਿਆ ਪਿਆ ਓਕੇ ਗਰੀਬੀ ਹੈ ਜਿਹੜੀ ਬਹੁਤ ਜ਼ਿਆਦਾ ਓਕੇ ਚੰਨੀ ਦੀ ਸਾਲੀ ਦਾ ਮੁੰਡਾ ਪੇਪਰ ਭਰਦਾ ਇੱਧਰ ਆਉਣ ਵਾਸਤੇ ਪਤਾ ਨਹੀਂ ਆਈ ਡੋਂਟ ਨੋ ਅੱਛਾ ਫਿਰ ਤੁਸੀਂ ਇਹ ਦੇਖੋ ਚੰਨੀ ਦਾ ਕੋਈ ਜਿਹਦੇ ਕੋਲੇ ਪੈਸਾ ਉਹਦਾ ਤਾਂ ਕੈਨੇਡਾ ਉੱਥੇ ਹੀ ਹੈ ਚਾਹੇ ਹਰਾਮ ਦਾ ਬਣਾਉਂਦੇ ਆ ਚਾਹੇ ਕਿਵੇਂ ਵੀ ਬਣਾਉਂਦੇ ਆ ਉਹਦਾ ਕੈਨੇਡਾ ਤਾਂ ਉੱਥੇ ਹੀ ਹੈ ਹੁਣ ਜਿਹੜੇ ਗਰੀਬ ਲੋਕ ਹੈ ਉਹ ਸੋਚਦੇ ਹੈਗੇ ਵੀ ਇਹ ਕੰਟਰੀ ਸਾਡੀ ਜਿਹੜੀ ਕੈਨੇਡਾ ਹੈਗਾ ਇਹ ਪਹਿਲੇ ਨੰਬਰ ਤੇ ਆ ਅਮੀਰਾਂ ਚੋਂ ਆ ਜਾਂਦੀ ਹੈ ਇੱਧਰ ਨੂੰ ਭੱਜਦੀ ਹੈ ਉਹਦਾ ਹਰ ਬਾਕੀ ਦੀ ਹਰ ਇੱਕ ਵਿਅਕਤੀ ਦੀ ਮਾਂ ਦੀ ਤਮੰਨਾ ਤੇ ਬੱਚੇ ਤਮੰਨਾ ਆ ਕਿ ਮੇਰਾ ਮੇਰੇ ਬੱਚਾ ਮੇਰੀ ਬੱਚੀ ਬਾਹਰਲੇ ਦੇਸ਼ ਵਿੱਚ ਸੈੱਟ ਹੋ ਜਾਵੇ ਉਹ ਤਾਂ ਹਰ ਇੱਕ ਮਾਂ ਚਾਹੁੰਦੀ ਆ ਮੇਰੀ ਮਦਰ ਵੀ ਚਾਹੁੰਦੀ ਸੀ ਚੰਨੀ ਕੇ ਮੇਰਾ ਬੱਚਾ ਦੀ ਮਾਂ ਚਾਹੁੰਦੀ ਹਾਂਜੀ ਚੰਨੀ ਜਿਹੜਾ ਜਾਂ ਹੋਰ ਹੈ ਜਿਹੜੇ ਅਮੀਰ ਲੋਕ ਹੈ ਉਹ ਤਾਂ ਨਹੀਂ ਆਪਦੇ ਬੱਚਿਆਂ ਨੂੰ ਭੇਜਦੇ ਕਿਉਂਕਿ ਉਹਨਾਂ ਦੇ ਕੋਲੇ ਤਾਂ ਹਰਾਮ ਦਾ ਹੀ ਪੈਸਾ ਬਹੁਤ ਹੈ ਉਹ ਸਾਰਾ ਹਰਾਮ ਦਾ ਹੀ ਹੈ ਪੈਸਾ ਅਸਾਂ ਲੋਕਾਂ ਦੀ ਆਉਂਦੇ ਨਹੀਂ ਇਹ ਤੈਨੂੰ ਮੈਂ ਇੱਕ ਚੀਜ਼ ਇਹਨਾਂ ਸਾਰੇ ਬੱਚਿਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਏਜੰਟਾਂ ਤੋਂ ਫਸਣ ਤੋਂ ਪਹਿਲਾਂ ਤੁਸੀਂ ਸਾਡੇ ਬਾਸੀ ਸਾਹਿਬ ਨਾਲ ਗੱਲ ਕਰ ਲਓ ਇੰਨੀ ਲੰਬੀ ਸਟੋਰੀ ਲੈ ਕੇ ਆਉਣੇ ਹੈਗੇ ਤੁਸੀਂ ਮਿੰਟ ਲਾਉਣੇ ਹੈਗੇ ਵੀ ਇਹਦੇ ਨਾਲ ਨਾ ਫਸੋ ਇਹ ਤਾਂ ਫਰਾਡ ਕਰੂਗਾ ਮੈਂ ਤਾਂ ਤੁਸੀਂ ਮੈਨੂੰ ਦੱਸੋ ਜਿਹੜੇ ਚੰਨੀ ਆ ਪਹਿਲੇ ਲੋਕ ਮੈਨੂੰ ਬੜਾ ਰੌਲਾ ਪਾਉਂਦੇ ਸੀ ਬਾਸੀ ਚੰਨੀ ਨੂੰ ਕਿਉਂ ਕਹਿ ਰਹੇ ਹੋ ਚੰਨੀ ਦੀ ਚੁੰਨੀ ਲਈ ਕਿਉਂ ਕਹਿ ਰਹੇ ਹੋ ਤੁਹਾਨੂੰ ਕਹਿਣਾ ਨਹੀਂ ਚਾਹੀਦਾ ਮੈਂ ਕਿਹਾ ਮੈਂ ਉਹਦੇ ਉੱਪਰ ਤਾਂ ਚੁੰਨੀ ਜਿਹੜੀ ਆ ਉਹ ਗੋਟੇ ਵਾਲੀ ਦੇਣੀ ਚਾਹੁੰਦਾ ਚੰਨੀ ਨੂੰ ਇਹ ਸ਼ਰਮ ਚਾਹੀਦੀ ਸੀਗੀ ਕਿ ਮੇਰਾ ਰੈਲਟਰ ਦੇ ਕੋਲ ਇੰਨੇ ਕਰੋੜਾਂ ਰੁਪਈਆ ਆਇਆ ਔਰ ਬਦਲੀਆਂ ਕਰਾਉਣ ਦਾ ਲਿਆ ਆ ਔਰ ਇਹ ਤਾਂ ਵੇਚ ਕੇ ਦਿੱਤੇ ਪੈਸੇ ਤੇ ਇਹ ਕਰੋੜ ਰੁਪਈਆ ਹੈ ਲੋਕਾਂ ਦਾ ਪਬਲਿਕ ਦਾ ਪੈਸਾ ਤੇ ਤੂੰ ਲੈ ਕੇ ਬਹਿ ਗਿਆ ਤੂੰ ਸਮਾਂ ਕੇ ਸੌਰੀ ਮੰਗ ਲੋਕਾਂ ਤੋਂ ਕਿ ਭਾਈ ਮੇਰੇ ਬੱਚੇ ਤੋਂ ਗਲਤੀ ਹੋਈ ਆ ਮੈਂ ਇਸ ਚੀਜ਼ ਦਾ ਜ਼ਿੰਮੇਵਾਰ ਆ ਸਰਕਾਰੀ ਜਿਹੜੀ ਗੱਡੀ ਅੱਗੇ ਪਿੱਛੇ ਲਾਉਣਾ ਸੀਗਾ ਇਸ ਗੱਲ ਤੇ ਗੱਲੇ ਨਹੀਂ ਕੀਤੀ ਜਸਟੀਫਾਈ ਨਹੀਂ ਕਰ ਸਕਿਆ ਮੋਰ ਦੈਨ 100% ਸਹਿਮਤ ਆ ਪਰ ਗੱਲ ਇਹ ਅੱਗੇ ਕੌਣ ਕਹੇ ਰਾਣੀ ਅੱਗਾ ਢਾਕਾ
पर आप जो गरीब लोग है हूं इन्हों का बेचारे का की कसूर है। एक किला है सब्जी बीजते है फिर सोचते है भी चल सा भविख बन जूगा। नहीं मैं देखो किन्ने लोगों पैसे वापस करना किन्ने लोगों में लड़ाई लड़ा सिर्फ थोड़ी आवाज चाहिदी हैगी भी पंजाब दे विच उधर ये कह दियो भी जेड़ा कोई कनेडा या दूसरे मुल्क का चाहवान हैगा वो माड़ा जिहा साडे नाल गल कर लैना ते फराड वालिआं नाल असीं उहदी दस देंगे भी भाई तुसीं इहनां नाल गल ना करो ये फराड करते हैं बस फिर आपां नूं इहनां दा तुहानूं झंझट जाण दी लोड़ ही नहीं पैनी। बासी साहब ਸਿਮਰਤ ਤੁਸੀਂ ਇਹ ਐਡ ਪੜ੍ਹੀ ਸੀ ਕਿਸੇ ਅਖਬਾਰ ਵਿੱਚ ਕਿ ਅਸੀਂ ਪੰਜ ਬੈਂਡਾਂ ਦੇ ਨਾਲ ਕੈਨੇਡਾ ਭੇਜ ਦਿੰਦੇ ਆ। ਇਹ ਤਾਂ ਜੀ ਸਾਰੇ ਹੁਣ ਤਾਂ ਉੱਥੇ ਇੰਨਾ ਅਫਵਾਹ ਉੱਡੀ ਵੀ ਹੈ ਬਿਨਾਂ ਬੈਂਡਾਂ ਤੋਂ ਹੀ ਕੰਮ ਚੱਲਦਾ ਹੁਣ ਤਾਂ ਉਹ ਕਹਿੰਦੇ ਹੈਗੇ ਬਿਨਾਂ ਬੈਂਡਾਂ ਤੋਂ ਕੰਮ ਚੱਲਦਾ ਉਹ ਜਗਰਾਵਾਂ ਵਾਲਾ ਦੇਖ ਲਓ ਉਹ ਕਹਿੰਦਾ ਪੰਜ ਬੈਂਡ ਲੈਣੇ ਆ 2 ਲੱਖ ਦੇ ਦਿਓ ਕੰਨ ਚਲਾ ਦਿੰਦਾ ਇਹ ਸਾਰਾ ਝੂਠ ਹੈ। बहुत वड्डी देन है पर माड़ी जी गल कर दियो भी सारे लोकां नू इह दस देंगे जिहदा बच्चा आउणा चाहुंदा गा साडे नाल गल कर ले किहड़े एजेंट नाल गल कर दे उत्थे तां पहलां तां इट पट्टो ते एजेंट ही निकलदे हैगे। एक कसूर मां बाप का भी है बच्चों का भी है सारे ना सरकार का भी है। मैनू ये दसो कि सरकार है इन्हें सारा पता की हो रहा है सिर्फ अपनी वोट बैंक दे रही है वोट जी ओ फिर सारे कहना भी आप मामे की धी है लट्टी पुट्टी जान दे सरकार नहीं किसी का कुछ कर दिया इन्हें तो सिर्फ वोटा ना जी ये को 20 वोटा मेरे वोटा पै जाएंगे मैं जी बन जूगा MLA इमीग्रेशन सारे धोखाधड़ी करते ठगी हो जाती है ए जिम्मे आज आली स्टोरी भाई साहब रितु सिमरनजीत ने जा पहला सिमरनजीत से जा होर बड़े आंदे ने सो पता की है जिम्मे बंदा कोई बीमार होंदा उन्हें तो डॉक्टर लभना ही लभना कि मैनू किसी की दवाई रास आ जाए तो मैं जो दवाई लै लवा तो मैं ठीक हो जाऊँ तो उदों तक आपां पता नहीं लगता जिन्ना टाइम आप दवाई खा के ठीक नहीं होंगे भी कि डॉक्टर की दवाई आप लगती है। सो इमीग्रेशन के भी इन्होंने सुपना तो सारे ने मैं भी लिया से सुपना कि मैं भी बाहर जाना मेरे को न्याणे पढ़ के आए इतने 300-400 उन्होंने भी सुपना लिया से वो वक्ख वक्खरे एजेंटा को जाने की बजाय हुण उन्होंने आए पहला टैसट तो लै नहीं सकते उन्होंने पहला फोटोशूट तो कर नहीं सकते सारा उन्होंने रैकड नहीं रख सकते सो उन्होंने उदों तक नहीं पता लगता दूजी उन्होंने सो एक चैनल चूज करना पैना दूजी गल सरकार कोई की करे सरकार जी भी लॉ अथॉरिटी है वो इन्होंने सजा दे सकते भी जिहड़ा भी इन्हां दे विचों गलत आ वह सजा देने वाले मामले इन इतों तक चुप हो जाते हैं बहुत तो गल बाहर ही नहीं आते जिम्मे आ मुंडा नूह है एक गुड्डी भी किसी की नूह है वह किसी का जवाई आ वह बाहर नहीं आते उन्होंने ए होंगे यार साड़ी बेइज्जती हो जूगी जे असी बाहर आ गए। सो गल जे जी जड़ है ना मेरे हिसाब से बस जड़ तुम भी शायद समझ दोगे जड़ च जाने की लड़ है प्रॉब्लम शुरू कितों होंगी है लोग अपने पेशे ना बेईमानी करते हैं तुम मीडिया चा 40 साल तो जे तुम धोखाधड़ियां करते होंगे शायद तुम 40 साल ना चलते जज लोग भी कहें बासी साहब फलाने के पैसे खा गए त्योंके ने ऐ कर लिया। सो सेम इमीग्रेशन काम है सो इमीग्रेशन वाले जेडे काम करते हैं मैनू भी पता ऑफर लैटर बहुत सारे कॉलेज जेडे अगले दिन भी दे देंगे ने सो बहुत इन्नी फास्ट सर्विस होंगी है। सो गल है पेशे ना धोखे की है किसी भी पेशे के हूँ एजेंट हो ही बाले गए सौखी बेईमानी हो जाती है। सो यह सुधार उदो होना जो लोग अपने पेशे नाल बेईमानी करन हटणगे चाहे वह रेडियो टीवी का ला लो चाहे वह एजेंटी वाला ला लो चाहे कोई भी ला लो ट्रक ड्राइवर भी जो अपने पेशे ना बेईमानी करूगा तो उन्होंने उदों ही सजा मिल जाती है जो उन्हें मतलब ट्रक पलटा लेना कंपनी का नुकसान करू। सो सेम है पेशे ना बेईमानी अपने पंजाबियों नू अपने देसियों नू खत्म करनी पैनी है तद तक ये कदे नहीं कोई मैं ना सरकार जी दी मर्जी बस अब जे कोई कहिंदा भी अकाली दल सरकार आके इन्हां नू सही कर दू मैं कहिंदा भी कदे नहीं हो सकता जे कोई कवे झाड़ू वाले कर देणगे कदे कोई सरकार नहीं कर सकदी। सो ये खून दे विच्चों पेशे की बेईमानी हटाउणी पैनी है तद तक ये कदे सुधार हो ही नहीं सकना गा। असीं कुछ कॉल लैणा चाहांगे नंबर 1 कॉलर की जाणा चाहुंदे हो ਮੈਂ ਤਾਂ ਮੈਨੂੰ ਕਹਿੰਦਾ ਮੈਂ ਕਿਹਾ ਇਹ
ਪੁਲਿਸ ਕੋਲ ਕਾਹਦੇ ਨੀ ਜਾਂਦੇ ਤੇ ਇਹਨੇ ਆਪ ਦੱਸਿਆ ਕਹਿੰਦੇ ਇੱਕ ਕੁੜੀ ਪੁਲਿਸ ਕੋਲ ਗਈ ਜਾਂ ਕਿੱਦਾਂ ਵੀ ਉਹਦੇ ਉਹਨੇ ਡਰ ਕੇ ਪੈਸੇ ਦੇ ਦਿੱਤੇ ਫਿਰ ਜਾਂ ਕੁੜੀ ਨੇ ਦੱਸਿਆ ਤਾਂ ਇਹਨਾਂ ਨੂੰ ਪੁਲਿਸ ਕੋਲ ਇਹਨਾਂ ਨੂੰ ਵੀ ਜਾਣਾ ਚਾਹੀਦਾ ਸਰ पत्रकार बहुत जल मारी सद लो जी पत्रकार गाइड करता डायरेक्शन देती है जरूर फॉलो करना प्रेस जरूर कॉन्फ्रेंस करनी चाहिए टिकटॉक भी बनाने बनाओ टिकटॉक थैंक यू सो मच मेरे पास एडमिंटन दे नाल एयरपोर्ट दे कोल एक बिल्डर घर बना रहा है ते घर 560,000 दे ने चार बेडरूम उपर ने चार दो बेडरूम दे बेसमेंट ए बिल्डर ने बना के देनी ते बिल्डर ने $2,000 ही डिपॉजिट लेना साइड एंट्रेंस है और बेसमेंट बना के देनी है दो बेडरूम दी अते चार बेडरूम उपर ने छे बेडरूम उप कर दे ते ए घर जेड़ा है डबल ग्रास वाला घर है और दो साल दी रेंटल गारंटी है दो साल चेक मैं 24 महीने थानू सो एक मकान $2,000 देके बुक कराओ नंबर कमाओ 416-818-7800 कॉल कर लो 416-818-7800 तुसीं कॉल कर सकते हो जी हाँ और दसी के लॉजिस्टिक एजुकेशन मनदीप चाल जी जो कि डिस्पैचर बनाते हैं कॉल करो 647-248-0071 से तुसीं कॉल कर सकते हो नंबर फोर कॉलर की कहना चाहते हो हां जी गुड मॉर्निंग बासी साहब जी 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 बोलो सर बासी जी बासी साहब देखो जी ये तो पहला केस है ते जेडी ना बासी साहब आज चन्नी दे भान जी ने जेडी फर्म खोली हुई थी ना कंसल्टी कंसल्टेंसी फर्म जेडी इन्होंने खोली फर्म खोली हुई थी खोली हुई थी ओचो देख इन्होंने खोली हुई थी जी एक फर्म इन्होंने खोली हुई थी ओह माय गॉड ओचो देखियो हां जी ओचो देखियो हले कितने बंदे आने हैं ओ हले तो ड्रामा दंदा होना कि मेरा सीएम है मास्टर जी 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 हले तो बाकी साहब ओच एक बार सरकार बदल दो कोई गल नहीं बाबा मेहर करे सरकार बदले उस तो बाद देखियो किन्ने बंदे आने हैं एक और बाकी साहब जेडे कहंदे ने ठोको ताली जित जूगा उन्होंने एक गल ए ओदे करियर दी आखरी चोन सीगी इस तो बाद उन्हें चोन नहीं लड़नी ना ओदे च हिम्मत रहनी है चोन लड़न दी ना जितना है उन्हें जितना नहीं गया ना मैं तुम दसी गल बाकी साहब ओदे करियर दी आखरी चोन है ये जी बाकी साहब विच गल्लां तां आ भी आंदियां पईयां ने इहदी जमानत जब्त होनी है जी उत्थों चलो असि इन्नी फार नहीं जाते पर ए पता कि एदी हार जिहड़ी आ एदी राजे बड़िंग दी और ਅਸੀਂ ਸਾਹਿਬ ਜੀ ਇਹਨਾਂ ਨੇ ਇੰਨਾ ਕੁ ਧੱਕਾ ਕੀਤਾ ਹੈ ਨਾ ਆਹ 111 ਦਿਨਾਂ ਦੀ ਸਰਕਾਰ ਚ ਇੰਨਾ ਕੁ ਜ਼ਿਆਦਾ ਧੱਕਾ ਜੀ ਪਰਚੇ ਝੂਠੇ ਪਰਚੇ ਕਰਾਏ ਇਹਨਾਂ ਨੇ ਬੰਦਿਆਂ ਤੇ ਜੀ ਅਸੀਂ ਤਾਂ ਬਕਾਇਦਾ ਮੇਰੇ ਕੋਲ ਐਫ ਆਈ ਆਰ ਦੀ ਕਾਪੀਆਂ ਪਈਆਂ ਨੇ ਜੀ ਜਿਹੜੇ ਇਹਨਾਂ ਨੇ ਪਰਚੇ ਕਰਾਏ ਨੇ ਅਲੱਗ ਅਲੱਗ ਜ਼ਿਲ੍ਹਿਆਂ ਚ ਠੀਕ ਹੈ ਜੀ ਝੂਠੇ ਗੱਡੀਆਂ ਪਵਾਈਆਂ ਜੀ ਚੋਰੀ ਦੀ ਗੱਡੀਆਂ ਪਵਾ ਛੱਡੀਆਂ ਲੋਕਾਂ ਨੇ ਚੋਰੀ ਦੇ ਮੋਟਰਸਾਈਕਲ ਪਵਾਏ ਹੋਰ ਤਾਂ ਕਿੰਨੇ ਕੀ ਡਿੱਗ ਜਾਣਗੇ ਜੀ ਇਹ ਵੈਰੀ ਸੈਡ ਪਾਰਟ ਜੀ ਉਹ ਟੋਕੋ ਤਾਲੀ ਕਹਿੰਦਾ ਜੀ ਉਹ ਟੋਕੋ ਤਾਲੀ ਮੈਂ ਜੀ ਇਹ ਕਰ ਦੂੰ ਮੈਂ ਉਹ ਕਰ ਦੂੰਗਾ ਠੀਕ ਹੈ ਜੀ ਮੈਂ ਇਮਾਨਦਾਰ ਇਹਨੂੰ ਇਹ ਨਹੀਂ ਦਿਖਦਾ ਠੀਕ ਹੈ ਉਹਦੇ ਭਾਣਜੇ ਕੋਲੋਂ 10 ਕਰੋੜ ਮਿਲਿਆ ਉਦੋਂ ਕਿਉਂ ਨਹੀਂ ਬੋਲਿਆ ਉਹ ਤਾਂ ਦੂਰਾ ਕਰ ਦਿੰਦਾ ਬੋਲ ਬੋਲ ਕੇ ਸਭ ਨੂੰ ਕਿ ਹੁਣ ਕਿਉਂ ਨਹੀਂ ਬੋਲਿਆ ਇਹ ਮਾਮਲੇ ਚ ਜਦ 10 ਕਰੋੜ ਮਿਲਿਆ ਮੈਂ ਹੈਰਾਨ ਹਾਂ ਪ੍ਰਿੰਕਾ ਤੇ ਕੀ ਨਾ ਰਾਹੁਲ ਆ ਇਹਨਾਂ ਨੂੰ ਆਪਣੇ ਆਪ ਚਾਹੀਦੇ ਸੀ ਕਿ ਇਹਨੂੰ ਸਸਪੈਂਡ ਕਰ ਦੇ ਔਰ ਕਹਿੰਦੇ ਕਿ ਹਾਂ ਬਾਕੀ ਸਾਹਿਬ ਇਹਨਾਂ ਨੇ ਉਹ ਬਾਕੀ ਸਾਹਿਬ ਇਹਨਾਂ ਨੇ ਕਰ ਦੇਣਾ ਇਹਨੂੰ ਆ ਮੜੀ ਆ ਇਲੈਕਸ਼ਨ ਹੋਣ ਦੋ ਇਹ ਦੇਖਿਓ ਇਹ ਰਹਿੰਦਾ ਕਾਂਗਰਸ ਚ ਵੀ ਨਹੀਂ ਨਹੀਂ ਨਾ ਆਪੇ ਕਾਂਗਰਸ ਚ ਵੀ ਹੈ ਨਹੀਂ ਨਹੀਂ ਸਸਪੈਂਡ ਕੇ ਉਹ ਆਪ ਵੀ ਸਸਪੈਂਡ ਹੋ ਜਾਣੇ ਆਪੇ ਲੱਥੇ ਨੇ ਉਹ ਕਿਉਂਕਿ ਉਹ ਇੰਟਰਨਲ ਉਹਨਾਂ ਨੂੰ ਪ੍ਰੋਬਲਮ ਹੈ ਬੋਡੀ ਇਹਨੇ ਕਾਂਗਰਸ ਚ ਵੀ ਨਹੀਂ ਰਹਿਣਾ ਜੀ ਠੀਕ ਹੈ ਜੀ ਬਾਕੀ ਬਾਕੀ ਦਾ ਪੰਜਾਬ ਮਾਡਲ ਦੀ ਇਹ ਗੱਲ ਕਰਦਾ ਹੁਣ ਪੰਜਾਬ ਮਾਡਲ ਸੁਣ ਲਓ ਜੀ ਇੱਕ ਫਲੌਪ ਮਾਡਲ ਆ ਉਹ ਜਿਹੜਾ ਕਹਿੰਦਾ ਪੰਜਾਬ ਮਾਡਲ ਇਹ ਇੱਕ ਫਲੌਪ ਮਾਡਲ ਆ ਬੇਸਿਕਲੀ ਉਹ ਜੀ ਜੀ ਇਹਨੇ ਸਾਰੀ ਸਰਕਾਰਾਂ ਹੰਡਾਲੀਆਂ ਠੋਕੋ ਤਲੀ ਨੇ ਜੀ ਸਾਰੀ ਸਰਕਾਰਾਂ ਹੰਡਾਲੀ ਵਧੀਆ ਤੋਂ ਵਧੀਆ ਇਹਨੂੰ ਅਹੁਦੇ ਮਿਲ ਗਏ ਚੀਫ ਪਾਰਲੀਮੈਂਟ ਸੈਕਟਰੀ ਰਹਿ ਲਿਆ ਘਰ ਵਾਲੀ ਇਹਦੀ ਹੈਲਥ ਮਿਨਿਸਟਰ ਰਹਿ ਲਈ ਫਿਰ ਵੀ ਤੁਸੀਂ ਸੁਧਾਰ ਕਰ ਸਕਦੇ ਫਿਰ ਵੀ ਤੁਸੀਂ ਸਰਕਾਰ ਤੇ ਦੋ ਚਲਾਉਂਦੇ ਹੋ ਮਿਹਰਬਾਨੀ ਜੀ ਬਹੁਤ 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 ਸ਼ੁਕਰੀਆ ਸਮੇਂ ਦੀ ਕਾਟ ਹੈ ਜੀ ਥੈਂਕ ਯੂ ਸੋ ਮਚ ਆਈ ਗੋਟ ਯੋਰ ਪੁਆਇੰਟ ਯਾ ਥੈਂਕਸ ਯਾ ਥੈਂਕ ਯੂ